ਸਾਡੀਆਂ ਰੌਣਕਾਂ ਮੁੱਕ ਗਈਆਂ ਜੇ ਐ ਜ਼ਹੀਰ ਅੱਲਾ ਤੇਰੇ ਅਥਰੂ ਕਬੂਲ ਕਰੇ ਹਜੇ ਮਾਂ ਵੀ ਵੇਂਦੀ ਹੋਣੀ ਹੈ ਮੇਰੇ ਉਹ ਬੱਚਿਓ ਤੁਹਾਡੀਆਂ ਅੱਖਾਂ 'ਚ ਅਥਰੂ ਆ ਗਏ ਨੇ ਐ ਜ਼ਫਰ ਵਾਲਾ ਲਿਓ ਹੈ ਪੁੱਤਰ ਰੋਵੇ ਮਾਵਾਂ ਜਫੇ ਮਾਰ ਲੈਂਦੀਆਂ ਨੇ ਹੈ ਪੁੱਤਰ ਪਰੇਸ਼ਾਨ ਹੋਵੇ ਜ਼ਹੀਰ ਤੈਨੂੰ ਮਾਂ ਆਉਂਦੀ ਹੋਣੀ ਹੈ ਸਗੀਰ ਮਾਂ ਆਉਂਦੀ ਹੋਣੀ ਹੈ ਹੈ ਮੇਰੇ ਉਹ ਬੱਚਿਓ ਟੈਨਸ਼ਨ ਨਾ ਲਿਆ ਰੇ ਹੈ ਮੇਰੇ ਪੁੱਤਰੋ ਫਿਕਰਾਂ ਨਾ ਕਰਿਆ ਰੇ ਅੱਜ ਮਾਂ ਤੁਹਾਡੇ ਨਾਲ ਹੈ ਅੱਜ ਮਾਂ ਦੀਆਂ ਦੁਆਵਾਂ ਤੇਰੇ ਨਾਲ ਨੇ ਹੈ ਜ਼ਫਰ ਵਾਲਾ ਲਿਆ ਜਿਹੜੇ ਬੀਵੀ ਰਾਜ਼ੀ ਕਰ ਲਈ ਜਿੰਨਾ ਮਾਂ ਨਾਰਾਜ਼ ਕਰ ਲਈ ਜਿੰਨਾ ਬੀਵੀ ਰਾਜ਼ੀ ਕਰ ਲਈ ਜਿੰਨਾ ਪਿਓ ਨਾਰਾਜ਼ ਕਰ ਲਿਆ ਮੈਂ ਉਹਨਾਂ ਨੂੰ ਉਜੜਦੀਆਂ ਵੇਖਿਆ ਰੇ ਮੈਂ ਉਹਨਾਂ ਨੂੰ ਤਬਾਹ ਹੁੰਦੀਆਂ ਵੇਖਿਆ ਰੇ ਹੇ ਮਾਵਾਂ ਤੂੰ ਬਗੈਰ ਵੇੜੇ ਵਸਦੇ ਕੋਈ ਨਹੀਂ ਹੇ ਮਾਵਾਂ ਤੂੰ ਬਗੈਰ ਰੌਣਕਾਂ ਲੱਗਦੀਆਂ ਕੋਈ ਨਹੀਂ ਹੇ ਮਾਵਾਂ ਤੂੰ ਬਗੈਰ ਤਾਂ ਚੰਗੀਆਂ ਲੱਗਦੀਆਂ ਕੋਈ ਨਹੀਂ ਹਜ਼ਰਾ ਜੁਮਲੇ ਸੁਣ ਜਾਇਆ ਰੇ ਮੇਰੇ ਨਬੀ ਨੇ ਫਰਮਾਇਆ ਕਾਇਨਾਤ ਮੁਹੰਮਦ ਦਾ ਐਲਾਨ ਸੁਣਿਆ ਰੇ ਇੱਧਰ ਵੇਖਿਆ ਰੇ ਮੇਰੇ ਨਬੀ ਦੀ ਛੋਟੀ ਜੀ ਉਮਰ ਏ ਮੇਰੇ ਨਬੀ ਅੰਮਾ ਆਮੀਨਾ ਦੀ ਉਂਗਲ ਫੜੀ ਹੋਈ ਏ ਜ਼ਹੀਰ ਅੱਜ ਮਾਂ ਦੀ ਸ਼ਾਨ ਸੁਣ ਕੇ ਪਿਆਰੋ ਨਾ ਏ ਅੱਜ ਮਾਂ ਦੇ ਦੁਖੜੇ ਸੁਣ ਕੇ ਪਿਆਰੋ ਨਾ ਏ ਹੈ ਜਿਹਦੇ ਦਿਲ ਵਿੱਚ ਮਾਂ ਵਸਦੀ ਹੋਵੇ ਉਹ ਕਲੀਆਂ ਦੀਆਂ ਕੱਖਾਂ ਵਿੱਚ ਰੋਂਦੇ ਅੱਧੀ ਅੱਧੀ ਰਾਤ ਨੂੰ ਬਹਿ ਬਹਿ ਰੋਂਦੇ ਮੀਆਂ ਸਾਹਿਬ ਆਉਂਦੇ ਨੇ ਮਾਂ ਮਰੇ ਤੇ ਹਾਏ ਸੁਣਿਓ ਯਾਰ ਹੈ ਮਾਂ ਮਰੇ ਤੇ ਹੈ ਮਾਪੇ ਮੁੱਕਦੇ ਉਹ ਜ਼ਫਰ ਵਾਲਾ ਲਿਓ ਹੈ ਮਾਂ ਮਰੇ ਤੇ ਹੈ ਮਾਪੇ ਮੁੱਕਦੇ ਹਾਥਾਂ ਵੀਰ ਮਰਨ ਇੱਥੇ ਜੁਮਲੇ ਸੁਣੀ ਹਾਥਾਂ ਵੀਰ ਮਰਨ ਵੇੜਾ ਵੇਲਾ ਹਾਜੀ ਤਨਵੀਰ ਵੇੜੇ ਕੋਈ ਨਹੀਂ ਹਾਜੀ ਇਹਨਾਂ ਦਾ ਵੀਰ ਸਾਹਮਣੇ ਕੋਈ ਨਹੀਂ ਹੈ ਸਜਣਾ ਵੀਰਾਂ ਨਾਲ ਬੜੀਆਂ ਬਹਾਰਾਂ ਨੀ ਹੈ ਸਜਣਾ ਵੀਰਾਂ ਨਾਲ ਬੜੀਆਂ ਰੌਣਕਾਂ ਨੀ ਹੈ ਵੀਰ ਤੇ ਕੰਡ ਦਾ ਸਹਾਰਾ ਆਉਂਦੇ ਨੇ ਹੈ ਵੀਰ ਤੇ ਬਾਬਾ ਜੀ ਵੀਰਾਂ ਦੀ ਜਾਨ ਆਉਂਦੇ ਨੇ ਹੈ ਵੀਰ ਤੇ ਵੀਰਾਂ ਦਾ ਸਕੂਨ ਆਉਂਦੇ ਨੇ ਬਾਬਾ ਜੁਮਲੇ ਸੁਣਿਆ ਨੀ ਮੇਰੇ ਨਬੀ ਮਾਂ ਦੀ ਉਂਗਲ ਛੱਡੀ ਹੈ ਮਕਾਮੇ ਅਬਵਾਏ ਬਾਬਾ ਜੀ ਪਥਰੀਲੀ ਸਰਜ਼ਮੀਨ ਏ ਬਿਆਬਾਨ ਇਲਾਕਾ ਏ ਅੱਜ ਮਾਂ ਜਾਂਦੀ ਹੋਵੇ ਅੱਜ ਪੁੱਤਰਾਂ ਨੂੰ ਕੋਲ ਬੁਲਾ ਲੈਂਦੀ ਆ ਬਾਬਾ ਜੀ ਜ਼ਰਾ ਮੇਰੇ ਵੱਲ ਵੇਖਿਆ ਜੇ ਅੱਜ ਤੀਆਂ ਨੂੰ ਕੋਲ ਬੁਲਾ ਲੈਂਦੀ ਏ ਆਂਦੀ ਓ ਮੇਰੇ ਓ ਬੱਚਿਓ ਮੇਰਾ ਆਖਰੀ ਵੇਲਾ ਏ ਮੈਂ ਟੁਰ ਚੱਲੀ ਆ ਮੇਰੀਆਂ ਤੀਆਂ ਦੇ ਦਰਵਾਜ਼ੇ ਬੰਦ ਨਾ ਕਰਿਆ ਰੇ ਵੇ ਜ਼ਹੀਰ ਪੁੱਤਰਾ ਆਪਣੀਆਂ ਭੈਣਾਂ ਨੂੰ ਜਫੇ ਮਾਰ ਲਈ ਆਪਣੀਆਂ ਭੈਣਾਂ ਤੇ ਸਾਇਆ ਬਣ ਜਾਇਆ ਜੇ ਵੇ ਮੇਰੇ ਓ ਬੱਚਿਓ ਮੈਂ ਤੇਰੀਆਂ ਭੈਣਾਂ ਬੜੀਆਂ ਨਜ਼ਰਿਆਂ ਨਾਲ ਪਾਲੀਆਂ ਨੇ ਤੁਹਾਡੀਆਂ ਭੈਣਾਂ ਤੁਹਾਡੇ ਵੇੜੇ ਆਉਣਾ ਏ ਸਜਣਾ ਜੁਮਲੇ ਸੁਣਿਆ ਨੇ ਮੇਰੇ ਨਬੀ ਮਾਂ ਦੀ ਉਂਗਲ ਛੱਡੀ ਹੈ ਗੁਲਾਮਾ ਤਸ਼ਰੀਫ ਫਰਮਾਨ ਸੁਲਤਾਨੀ ਦੇ ਜੁਮਲੇ ਜ਼ਾਇਆ ਨਾ ਕਰ ਜਾਇਆ ਨੇ ਮੇਰੇ ਨਬੀ ਬਾਬਾ ਜੀ ਪੱਥਰਾਂ ਵਿੱਚ ਬੈਠੇ ਹੋਏ ਨੇ ਜਨਾਬੇ ਆਮੀਨਾ ਜ਼ਮੀਨ ਤੇ ਲੇਟ ਗਈਆਂ ਨੇ ਅੱਜ ਸਾਰਾ ਪਿੰਡੀ ਬੋੜੀ ਆਇਆ ਏ ਅੱਜ ਜ਼ਫਰ ਵਾਲ ਆਇਆ ਜੁਮਲੇ ਦੇ ਚੱਲਾਂ ਵਾਂ ਇਹ ਵੀਡੀਓ ਰਿਕਾਰਡਿੰਗ ਵਿੱਚ ਜੁਮਲਾ ਦੇਣ ਲਗਾ ਅੱਲਾ ਦੀ ਕਸਮ ਉਠਾ ਕੇ ਆਨਾ ਵਾਂ ਜਿਹਦੇ ਤੇ ਮਾਂ ਪਿਓ ਰਾਜ਼ੀ ਹੋ ਗਿਆ ਏ ਉਹਦੇ ਤੇ ਅਰਸ਼ਾਂ ਵਾਲਾ ਖੁਦਾ ਵੀ ਰਾਜ਼ੀ ਹੋ ਗਿਆ
ਜਿਹਦੇ ਤੇ ਮਾਂ ਸੁਣ ਸੁਣ ਜਿਹਦੇ ਤੇ ਮਾਂ ਰਾਜ਼ੀ ਏ ਜਿਹਦੇ ਤੇ ਬਾਪ ਰਾਜ਼ੀ ਏ ਜ਼ਮੀਨਾਂ ਛੁੱਟਦੀਆਂ ਨੇ ਤੇ ਛੁੱਟ ਜਾਣ ਹਵੇਲੀਆਂ ਛੁੱਟਦੀਆਂ ਨੇ ਤੇ ਛੁੱਟ ਜਾਣ ਮਕਾਨ ਛੁੱਟਦੇ ਨੇ ਤੇ ਛੁੱਟ ਜਾਣ ਜ਼ਫਰਵਾਲ ਆਲੀਓ ਕਦੀ ਮਾਂ ਨਾ ਛੱਡਿਆ ਰੇ ਕਦੀ ਪਿਓ ਨਾ ਛੱਡਿਆ ਰੇ ਆਪਣੀ ਮਾਂ ਦੇ ਕੱਪੜੇ ਚੰਗੇ ਰੱਖਿਆ ਰੇ ਆਪਣੇ ਅੱਪੇ ਦੇ ਕੱਪੜੇ ਚੰਗੇ ਰੱਖਿਆ ਰੇ ਹਜ਼ਰਾ ਜੁਮਲੇ ਸੁਣ ਜਾਇਆ ਰੇ ਮੇਰੇ ਨਬੀ ਮਾਸ਼ਾਅੱਲਾ ਮਾਸ਼ਾਅੱਲਾ ਅੱਜ ਦਾ ਇਹ ਪ੍ਰੋਗਰਾਮ ਖਤਮੇ ਸ਼ਰੀਫ ਦੀ ਮਹਿਫਲ ਪਾ ਕੇ ਜਨਾਬੇ ਬਾਈ ਮੁਹੰਮਦ ਜ਼ਹੀਰ ਸਾਹਿਬ ਜਨਾਬੇ ਬਾਈ ਮੁਹੰਮਦ ਸਗੀਰ ਸਾਹਿਬ ਇਹਨਾਂ ਦੀ ਵਾਲਦਾ ਸਾਹਿਬਾ ਔਰ ਮੁਹੰਮਦ ਤਨਵੀਰ ਮਰਹੂਮ ਉਹਨਾਂ ਦੀ ਵਾਲਦਾ ਸਾਹਿਬਾ ਮੁਹੰਮਦ ਤਨਵੀਰ ਵੀ ਦੁਨੀਆ ਤੋਂ ਚਲੇ ਗਏ ਉਹਨਾਂ ਦੀ ਵਾਲਦਾ ਸਾਹਿਬਾ ਵੀ ਚਲੀਆਂ ਗਈਆਂ ਔਰ ਮਾਸ਼ਾਅੱਲਾ ਬੜਾ ਖੂਬਸੂਰਤ ਤੁਸਾਂ ਇਹ ਪ੍ਰੋਗਰਾਮ ਸਜਾਇਆ ਪੰਡਾਲ ਸਜਾਇਆ ਅੱਲਾ ਪਾਕ ਇਹਨਾਂ ਸਾਰਿਆਂ ਭਾਈਆਂ ਦੀ ਕੋਸ਼ਿਸ਼ ਔਰ ਬਿਲਖਸੂਸ ਇਹਨਾਂ ਦੇ ਭਤੀਜੇ ਜਿਹੜੇ ਇਟਲੀ ਦੇ ਅੰਦਰ ਨੇ ਬਾਈ ਮੁਹੰਮਦ ਆਮਰ ਸਾਹਿਬ ਆਮਰ ਤਨਵੀਰ ਸਾਹਿਬ ਉਹਨਾਂ ਦੀ ਬੜੀ ਕੋਸ਼ਿਸ਼ ਔਰ ਕਾਵਿਸ਼ ਜਿਨ੍ਹਾਂ ਨੇ ਆਪਣਿਆਂ ਚਾਚੂਆਂ ਨਾਲ ਮਿਲ ਕੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਅੱਜ ਦੀ ਬਜ਼ਮ ਨੂੰ ਸਜਾਇਆ ਉਹਨਾਂ ਇਟਲੀ ਤੋਂ ਹੁਕਮ ਕੀਤਾ ਅਤੇ ਅਸੀਂ ਤੁਹਾਡੀ ਜ਼ਿਆਰਤ ਵਾਸਤੇ ਹਾਜ਼ਰ ਹਾਂ ਮਾਸ਼ਾਅੱਲਾ ਵਜਦਾਨ ਸਾਊਂਡ ਸਿਸਟਮ ਪੂਰੇ ਨੈੱਟਵਰਕ ਦੇ ਨਾਲ ਦੋ ਤਿੰਨ ਕੈਮਰੇ ਔਰ ਲਾਈਵ ਮਾਸ਼ਾਅੱਲਾ ਔਰਤਾਂ ਵੱਲ ਵੀ ਔਰ ਪੂਰੀ ਦੁਨੀਆ 'ਤੇ ਇਹ ਪ੍ਰੋਗਰਾਮ ਚੱਲਣਾ ਦੁਆ ਕਹਾਂ ਕਿ ਅੱਲਾ ਕਰੀਮ ਬਾਈ ਜ਼ਹੀਰ ਸਾਹਿਬ ਬਾਈ ਸਗੀਰ ਸਾਹਿਬ ਅੱਲਾ ਪਾਕ ਤੁਹਾਡੀ ਅੰਮੀ ਜਾਨ ਦੀ ਬਖਸ਼ਿਸ਼ ਫਰਮਾਏ ਅੱਲਾ ਤੁਹਾਡੇ ਭਾਈ ਤਨਵੀਰ ਸਾਹਿਬ ਦੀ ਬਖਸ਼ਿਸ਼ ਫਰਮਾਏ ਅੱਲਾ ਤੁਹਾਡੇ ਭਤੀਜਾ ਜਿਹੜਾ ਬਾਹਰ ਹੈ ਇਟਲੀ ਦੇ ਅੰਦਰ ਹੈ ਬਾਈ ਆਮਰ ਸਾਹਿਬ ਉਹਦੇ ਰਿਜ਼ਕ ਦੇ ਅੰਦਰ ਬਰਕਤਾਂ ਤਾ ਫਰਮਾਏ ਇੱਕ ਵਜੇ ਤੱਕ ਮੇਰੇ ਕੋਲ ਟਾਈਮ ਹੈ ਮੈਂ ਇਨਸ਼ਾਅੱਲਾ ਇੱਕ ਵਜੇ ਆਪਣੀ ਤਕਰੀਰ ਵਾਇੰਡ ਅਪ ਕਰ ਦੇਣੀ ਹੈ ਤੁਸੀਂ ਮਿਹਰਬਾਨੀ ਕਰਕੇ ਜਿਹੜੇ ਸਾਹਮਣੇ ਬੰਦੇ ਖਲੋਤੇ ਨੇ ਇਹਨਾਂ ਨੂੰ ਬਿਠਾ ਦਿਓ ਤੁਹਾਡੇ ਵੱਲ ਵੇਖ ਕੇ ਸਾਰੇ ਉੱਥੇ ਖਲੋ ਜਾਣਾ ਕੋਈ ਇੰਤਜ਼ਾਮੀਆਂ ਦਾ ਬੰਦਾ ਹੋਵੇ ਤਾਂ ਇਹਨਾਂ ਸਾਰਿਆਂ ਨੂੰ ਬਿਠਾ ਦਿਓ ਪ੍ਰੋਗਰਾਮ ਖਰਾਬ ਨਾ ਹੋਵੇ ਨਜ਼ਮੋ ਜ਼ਬਤ ਖਰਾਬ ਨਹੀਂ ਹੋਣਾ ਚਾਹੀਦਾ ਸਾਰੇ ਬੰਦੇ ਬਹਿ ਜਾਓ ਮਿਹਰਬਾਨੀ ਕਰਕੇ ਕਿਉਂਕਿ ਇੱਕ ਮਾਹੌਲ ਆਉਂਦਾ ਇੱਕ ਬੰਦਾ ਖੜਾ ਹੋਵੇਗਾ ਉਹਦੇ ਨਾਲ ਦੋ ਚਾਰ ਬੰਦੇ ਹੋਰ ਉਹਦੇ ਨਾਲ ਖਲੋ ਜਾਣਗੇ ਉੱਥੇ ਮਿਹਰਬਾਨੀ ਜਨਾਬ ਅੱਲਾ ਪਾਕ ਸਾਹਿਬ ਨੂੰ ਸਲਾਮਤੀ ਅਤਾ ਫਰਮਾਏ ਜਿੰਨੇ ਉਲਾਮਾ ਇਕਰਾਮ ਸਟੇਜ ਦੀ ਜ਼ੀਨਤ ਨੇ ਮੇਰੇ ਸਿਰ ਦੇ ਤਾਜ ਨੇ ਅੱਲਾ ਇਹਨਾਂ ਦੇ ਇਲਮ ਓ ਅਮਲ ਅੰਦਰ ਮਜ਼ੀਦ ਬਰਕਤਾਂ ਅਤਾ ਫਰਮਾਏ ਬਾਬਾ ਜੀ ਤਕਰੀਰ ਸ਼ੁਰੂ ਹੋ ਗਈ ਟਾਈਮ ਇੰਨਾ ਕੋਈ ਨਹੀਂ ਮਾਸ਼ਾਅੱਲਾ ਤੁਹਾਡਾ ਕੀ ਨਾਂ ਹੈ ਸਗੀਰ ਸਾਹਿਬ ਅਤੇ ਦੂਸਰੇ ਤੁਸੀਂ ਵੀ ਆ ਜਾਓ ਜੀ ਹੁਣ ਮਿਹਰਬਾਨੀ ਹੋਣੀ ਤੁਸੀਂ ਵੀ ਨਹੀਂ ਉੱਠਣਾ ਕਿਉਂਕਿ ਤੁਸੀਂ ਉੱਠੋਗੇ ਫਿਰ ਤੁਹਾਡੇ ਵੱਲ ਵੇਖੋ ਵੇਖੋ ਨਾ 8-10 ਬੰਦੇ ਦੇ ਸਾਹਮਣੇ ਖਲੋ ਰਹੇ ਨੇ ਇਹ ਤਾਂ ਪ੍ਰੋਗਰਾਮ ਤਾਂ ਨਹੀਂ ਹੁੰਦਾ ਅਸੀਂ ਸਾਰਾ ਦਿਨ ਇੰਤਜ਼ਾਮ ਕਰਨਾ ਹੁੰਦਾ ਪ੍ਰੋਗਰਾਮ ਬਾਹਰ ਕੇ ਸੁਣੇ ਜਾਂਦੇ ਨੇ ਵੀ ਹਜ਼ੂਰ ਦਾ ਕੁਰਾਨ ਪੜਿਆ ਜਾਣਾ ਹਜ਼ੂਰ ਦਾ ਫਰਮਾਨ ਪੜਿਆ ਜਾਣਾ ਤੁਸੀਂ ਸਾਰੇ ਬੜੇ ਬਜ਼ੁਰਗ ਤਸ਼ਰੀਫ ਫਰਮਾਓ ਅੱਲਾ ਸਲਾਮ ਦੀ ਅਤਾ ਫਰਮਾਏ ਬਾਬਾ ਜੀ ਅੱਲਾ ਦਾ ਕੁਰਾਨ ਐਲਾਨ ਫਰਮਾ ਰਿਹਾ ਗੱਲ ਸ਼ੁਰੂ ਹੋ ਗਈ ਟਾਈਮ ਹੈ ਮੁਖਤਸਰ ਬਿਲਕੁਲ ਅੱਲਾ ਦਾ ਕੁਰਾਨ ਐਲਾਨ ਫਰਮਾ ਰਿਹਾ ਰੱਬਾ ਨਗਫਿਰਲੀ ਵਾਲੀ ਵਾਲੀ ਜਿਹਨੂੰ ਆਉਂਦਾ ਕੁਰਾਨ ਉਹ ਬੋਲੇ ਵਾਲੀ 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 ਦਈਆ ਜ਼ਰਾ ਜੁਮਲੇ ਸਮਾਤ ਫਰਮਾਇਆ ਜੇ ਅੱਲਾ ਕੁਰਾਨ ਪਾਕ ਦੇ ਅੰਦਰ ਐਲਾਨ ਫਰਮਾਉਂਦਾ ਹਰ ਨਮਾਜ਼ੀ ਜਦੋਂ ਨਮਾਜ਼ ਮੁਕੰਮਲ ਕਰਦਾ ਹੈ ਨਮਾਜ਼ ਮੁਕੰਮਲ ਕਰਨ ਤੋਂ ਪਹਿਲਾਂ ਜ਼ਫਰਵਾਲ ਵਾਲਿਓ ਜ਼ਰਾ ਤਵੱਜੋ ਫਰਮਾਏ ਜੇ ਪਿੰਡੀ ਬੋੜੀ ਦੀ ਸਰਜ਼ਮੀਨ ਦੇ ਅੰਦਰ ਬੈਠੇ ਹਾਂ ਅੱਲਾ ਫਰਮਾਉਂਦਾ ਦੁਆ ਮੰਗ ਯਾ ਅੱਲਾ ਕਿਹਦੇ ਵਾਸਤੇ ਫਰਮਾਇਆ ਆਪਣੇ ਵਾਸਤੇ ਵੀ ਮੰਗ ਅਤੇ ਆਪਣੇ ਤੋਂ ਬਾਅਦ ਆਪਣੀ ਅੰਮਾ ਅਤੇ ਅੱਬੇ ਵਾਸਤੇ ਵੀ ਮੰਗ ਜੀ ਕਿਬਲਾ ਮਿਹਰਬਾਨੀ ਵੀਡੀਓ ਬਣ ਰਹੀਆਂ ਨੇ ਮੈਂ ਆਪਣੀ ਗੱਲ ਦਾ ਜ਼ਿੰਮੇਦਾਰ ਹਾਂ ਤੁਸੀਂ ਤਵੱਜੋ ਕਰਨੀ ਅੱਲਾ ਦਾ ਕੁਰਾਨ ਕਹਿ ਰਿਹਾ ਕਿ ਦੁਆ ਮੰਗੋ ਤੇ ਕਿੱਡੀ ਵੱਡੀ ਇਬਾਦਤ ਦੇ ਅੰਦਰ ਅੱਲਾ ਦੁਆ ਪਿਆ ਮੰਗਵਾਉਂਦਾ ਨਮਾਜ਼ ਵਿੱਚ ਬਿਠਾ ਕੇ ਇਹ ਵੱਖਰੀ ਗੱਲ ਹੈ
ਕਿ ਮੌਲਵੀ ਆਖਣ ਨਮਾਜ਼ ਦੇ ਅੰਦਰ ਨਬੀ ਪਾਕ ਦਾ ਖਿਆਲ ਆ ਜਾਏ ਤੇ ਨਮਾਜ਼ ਨਹੀਂ ਹੁੰਦੀ। ਮੈਂ ਕਿਹਾ ਮੌਲਵੀ ਚੱਲਿਆ, ਤੂੰ ਤੇ ਨਬੀ ਪਾਕ ਦੀ ਗੱਲ ਕਰਨਾ, ਇੱਥੇ ਤੇ ਅੰਮਾ ਤੇ ਅੱਬੇ ਦਾ ਵੀ ਖਿਆਲ ਨਮਾਜ਼ ਵਿੱਚ ਪਿਆ ਹੁੰਦਾ। ਬਾਬਾ ਜੀ, ਜਦੋਂ ਬੰਦਾ ਆਉਂਦਾ ਰੱਬਾ ਨਾ ਫਿਰਲੀ ਵਾਲੀ ਵਾਲੀ ਦਈਆ, ਅੰਮਾ ਦਾ ਖਿਆਲ ਆਇਆ ਕਿ ਨਾ ਆਇਆ, ਬਾਪ ਦਾ ਖਿਆਲ ਆਇਆ ਕਿ ਨਾ ਆਇਆ। ਅੱਲਾਹ ਦਾ ਕੁਰਾਨ ਕਹਿ ਰਿਹਾ ਕਿ ਇਹਨਾਂ ਵਾਸਤੇ ਦੁਆ ਕਰਨੀ ਜੇ, ਇਹ ਜ਼ਿੰਦਾ ਹੋਣ ਤੇ ਫਿਰ ਵੀ ਦੁਆ। ਦੂਸਰੀ ਆਇਤ ਕਰੀਮਾ ਸੁਣਿਆ ਜੇ, ਕੁਰ ਰੱਬੀ ਰਹਿਮ ਹੋਮਾ ਕਮਾ ਰੱਬਾ ਯਾਨੀ ਸਗੀਰਾ, ਫਰਮਾਇਆ ਇਹਨਾਂ ਦੋਵਾਂ ਵਾਸਤੇ ਦੁਆ ਕਰੀ। ਮੌਲਾ ਕਿਵੇਂ ਦੁਆ ਕਰੀਏ? ਫਰਮਾਇਆ ਮੌਲਾ ਜਿਵੇਂ ਬਚਪਨ ਵਿੱਚ ਇਹਨਾਂ ਦੋਵਾਂ ਨੇ ਮੇਰੇ ਤੇ ਰਹਿਮ ਕੀਤਾ, ਯਾ ਅੱਲਾ ਤੂੰ ਅਜੇ ਇਹਨਾਂ ਤੇ ਰਹਿਮ ਕਰ। ਅੱਜ ਮੈਂ ਭਾਈ ਦੀ ਸ਼ਾਨ ਤੇ ਮਾਂ ਦੀ ਸ਼ਾਨ ਪੜ੍ਹਨੀ ਹੈ ਤੇ ਟਾਈਮ ਥੋੜ੍ਹਾ ਤੇ ਗੱਲਾਂ ਜ਼ਿਆਦਾ ਨੇ। ਬਾਬਾ ਜੀ ਤਾਈਓ ਤੇ ਰੋਮੀਏ ਕਸ਼ਮੀਰ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਅਲੈਹ ਨੇ ਕਲਮ ਉਠਾਈ ਹੈ, ਰੋਮੀਏ ਕਸ਼ਮੀਰ ਬੋਲੇ ਨੇ, ਮੀਆਂ ਸਾਹਿਬ ਫਰਮਾਨੇ ਨੇ ਸਦਾ ਨਾ ਬਾਗੀ ਹੈ ਬੋਲੇ ਸਦਾ ਨਾ ਬਾਗੀ ਹੈ ਪਿੰਡੀ ਬੋੜੀ ਵਾਲਿਓ ਸਦਾ ਨਾ ਬਾਗੀ ਹੈ ਬੁੱਲੇ ਬੁੱਲੇ ਬੋਲੇ ਤੇ ਸਦਾ ਨਾ ਬਾਗ ਬਹਾਰਾ ਹੈ ਸਦਾ ਨਾ ਮਾਪੇ ਹੈ ਸਦਾ ਨਾ ਮਹਾਬੇ ਹੈ ਹੁਸੈਨ ਜਵਾਨੀ ਜ਼ਫਰ ਵਾਲਾ ਲਿਓ ਸਦਾ ਨਾ ਮਾਪੇ ਇਹਨਾਂ ਮਾਵਾਂ ਨੇ ਸਦਾ ਤੇਰੇ ਵਿਹੜੇ ਤਵੱਜੋ ਕਰੀ ਯਾਰ ਇਹਨਾਂ ਮਾਵਾਂ ਨੇ ਸਦਾ ਤੇਰੇ ਵਿਹੜੇ ਨਹੀਂ ਰਹਿਣਾ ਇਸ ਪਿਓ ਨੇ ਸਦਾ ਤੇਰੇ ਵਿਹੜੇ ਨਹੀਂ ਰਹਿਣਾ ਇੱਕ ਵੇਲਾ ਆਉਣਾ ਜਦੋਂ ਮਾਂ ਨੇ ਵਿਹੜਾ ਛੱਡ ਜਾਣਾ ਇੱਕ ਵੇਲਾ ਆਉਣਾ ਆਓ ਪਿੰਡੀ ਬੋੜੀ ਆ ਲਿਓ ਸੁਲਤਾਨੀ ਜੁਮਲੇ ਦੇਣ ਲਗਾ ਰੇ ਕਦੀ ਮਾਂ ਨੂੰ ਚਿੜਕ ਨਾ ਮਾਰਿਆ ਰੇ ਕਦੀ ਮਾਂ ਨੂੰ ਆ ਬੱਚਿਆਂ ਨੂੰ ਬਿਠਾ ਦਿਓ ਯਾਰ ਇੱਕ ਸਾਈਡ ਤੇ ਕਦੀ ਮਾਂ ਨੂੰ ਚਿੜਕ ਨਾ ਮਾਰਿਆ ਰੇ ਕਦੀ ਬਾਪ ਨੂੰ ਦਾਬਾ ਨਾ ਮਾਰਿਆ ਰੇ ਕਦੀ ਮਾਂ ਦੇ ਸਾਹਮਣੇ ਉੱਚੀ ਨਾ ਬੋਲਿਆ ਰੇ ਕਦੀ ਮਾਂ ਦਾ ਦਿਲ ਨਾ ਦੁਖਾਇਆ ਰੇ ਸਜਣਾ ਮਾਵਾਂ ਤੇ ਛਾਵਾਂ ਆਉਂਦੀਆਂ ਨੇ ਹੈ ਮਾਵਾਂ ਤੇ ਵਿਹੜੇ ਦੀ ਰੌਣਕ ਆਉਂਦੀਆਂ ਨੇ ਜ਼ਹੀਰ ਸਾਹ ਸਗੀਰ ਸਾਹ ਅੱਲਾ ਦੀ ਕਸਮ ਉਠਾ ਕੇ ਸੁਲਤਾਨੀ ਕਹਿ ਰਿਹਾ ਏ ਜਿਹਦੇ ਪਿੱਛੇ ਮਾਂ ਦੀਆਂ ਦੁਆਵਾਂ ਆਉਂਦੀਆਂ ਨੇ ਜਿਹਦੇ ਪਿੱਛੇ ਬਾਪ ਦੀਆਂ ਦੁਆਵਾਂ ਆਉਂਦੀਆਂ ਨੇ ਹੈ ਡੁੱਬਦਾ ਵੀ ਹੋਵੇ ਅੱਲਾ ਬੇੜੇ ਤਾਰ ਦਿੰਦਾ ਏ ਕਦੀ ਮਾਂ ਦੀ ਬਦਵਾ ਨਾ ਲਿਆ ਰੇ ਕਦੀ ਮਾਂ ਕੋਲੋਂ ਬਦਵਾ ਨਾ ਲਿਆ ਰੇ ਹੈ ਮਾਂ ਆਉਂਦੀ ਜੇ ਬਾਬਾ ਜੀ ਅੱਧੀ ਰਾਤ ਨੂੰ ਮਸੱਲੇ ਪਾ ਲੈਂਦੀ ਏ ਆਂਦੀ ਆਉਣੀ ਏ ਮੌਲਾ ਮੇਰੇ ਸਗੀਰ ਦੀ ਖੈਰ ਆਵੇ ਮੌਲਾ ਮੇਰੇ ਜ਼ਹੀਰ ਦੀ ਖੈਰ ਆਵੇ ਹੈ ਜਿਹਦਾ ਤਨਵੀਰ ਵੀ ਤੁਰ ਗਿਆ ਜੇ ਅੱਲਾ ਦੀ ਕਸਮ ਜ਼ਫਰ ਵਾਲਾ ਲਿਆ ਜੁਮਲੇ ਸੁਣਿਆ ਨੇ ਹਲਲ ਇਲਾਨੀ ਜੁਮਲੇ ਦੇ ਰਿਹਾ ਹੈ ਰੋਂਦੇ ਪਏ ਨੇ ਹੁਣ ਮਾਂ ਨੇ ਵਾਪਸ ਨਹੀਂ ਆਉਣਾ ਹੁਣ ਵੀਰ ਤਨਵੀਰ ਨੇ ਵਾਪਸ ਨਹੀਂ ਆਉਣਾ ਇਹਨਾਂ ਕਬਰਾਂ ਵਿੱਚ ਡੇਰੇ ਲਾ ਲਏ ਨੇ ਹੇ ਬਾਬਾ ਜੀ ਵਿਹੜੇ ਛੱਡ ਕੇ ਤੁਰ ਗਏ ਨੇ ਮੇਰੇ ਨਬੀ ਨੇ ਫਰਮਾਇਆ ਸਹਾਬਾ ਇੱਧਰ ਵੇਖਿਆ ਰੇ ਮੇਰੇ ਮੁਹੰਮਦ ਨੇ ਫਰਮਾਇਆ ਸਹਾਬਾ ਜੀ ਆਕਾ ਹੁਕਮ ਆਵੇ ਫਰਮਾਇਆ ਮਾਂ ਦੀਆਂ ਕਦਮਾਂ ਥੱਲੇ ਜੰਨਤ ਹੇ ਬਾਪ ਜੰਨਤ ਦਾ ਦਰਵਾਜ਼ਾ ਹੈ ਅੱਜ ਵੀ
ਬੀਵੀ ਦੇ ਪਿੱਛੇ ਲੱਗ ਗਏ, ਅੱਜ ਮਾਂ ਨੂੰ ਝਿੜਕ ਮਾਰੀ, ਅੱਜ ਬੀਵੀ ਦੇ ਪਿੱਛੇ ਲੱਗ ਗਏ, ਅੱਜ ਮਾਂ ਨੂੰ ਦਾਬੇ ਮਾਰੇ ਨੀ, ਆਂਦਾ ਮੇਰੀ ਬੀਵੀ ਸੱਚੀ ਹੈ, ਆਂਦਾ ਮੇਰੀ ਮਾਂ ਝੂਠੀ ਹੈ। ਹੈ ਮੈਂ ਖਿਆ ਲਾਣਦੀ ਆ, ਕਦੀ ਮਾਵਾਂ ਝੂਠੀਆਂ ਨਹੀਂ ਹੋਈਆਂ। ਹੈ ਜ਼ਾਹੀਰ ਅੱਲਾ ਦੀ ਕਸਮ ਉਠਾ ਕੇ ਕਹਿਣਾ, ਹੈ ਤੁਹਾਡੀ ਮਾਂ ਦੀ ਦੁਆ ਤੁਹਾਨੂੰ ਲੱਗੀ ਹੋਈ ਹੈ, ਤੁਹਾਡੀ ਅੰਮਾ ਦੀਆਂ ਦੁਆਵਾਂ ਲੱਗੀਆਂ ਹੋਈਆਂ ਨੇ। ਅੱਜ ਸੁਲਤਾਨੀ ਮਿੰਬਰ ਤੇ ਬੈਠਾ ਹੈ, ਮੇਰੀ ਮਾਂ ਦੀ ਦੁਆ ਲੱਗੀ ਹੋਈ ਹੈ। ਕੋਈ ਬਾਬਾ ਫਰੀਦ ਬਣਿਆ ਤੇ ਮਾਂ ਦੀ ਦੁਆ ਨਾਲ ਬਣਿਆ ਹੈ, ਕੋਈ ਖਾਜਾ ਮੋਇਨੁਦੀਨ ਬਣਿਆ ਤੇ ਮਾਂ ਦੀ ਦੁਆ ਨਾਲ ਬਣਿਆ ਹੈ, ਕੋਈ ਗੌਸ ਤੇ ਕੁਤਬ ਬਣਿਆ ਜੇ ਬਾਬਾ ਜੀ ਪਿੱਛੇ ਮਾਵਾਂ ਦੀਆਂ ਦੁਆਵਾਂ ਹੁੰਦੀਆਂ ਨੇ। ਜਿਹੜੀ ਅੱਧੀ ਰਾਤ ਵੇਲੇ ਮੰਜੀ ਤੇ ਬਹਿ ਰਹਿੰਦੀ ਹੈ, ਤਵੱਜੋ ਕਰੀ ਯਾਰ, ਅੱਧੀ ਰਾਤ ਵੇਲੇ ਉਡੀਕਾਂ ਕਰਦੀ ਹੈ, ਆਂਦੀ ਏ ਮੇਰੇ ਪੁੱਤਰ ਨਹੀਂ ਆਏ। ਅੱਜ ਪਿੰਡੀ ਬੋੜੀ ਦੀ ਸਰਜ਼ਮੀਨ ਚ ਸੁਲਤਾਨੀ ਸਾਰੀ ਦੁਨੀਆਂ ਨੂੰ ਵੀਡੀਓ ਦੇ ਥਰੋਂ ਪੈਗਾਮ ਦੇਣ ਲਗਾਵੇ, ਕਦੀ ਮਾਂ ਨੂੰ ਛੱਡ ਕੇ ਨਾ ਜਾਇਆ ਰੇ, ਕਦੀ ਪਿਓ ਨੂੰ ਛੱਡ ਕੇ ਨਾ ਜਾਇਆ ਰੇ, ਕਦੀ ਮਾਂ ਦਾ ਵੇੜਾ ਨਾ ਛੱਡਿਆ ਰੇ, ਕਦੀ ਬਾਪ ਦਾ ਵੇੜਾ ਨਾ ਛੱਡਿਆ ਰੇ। ਹੈ ਸਜਣਾ, ਜਿਹਦੇ ਪਿੱਛੇ ਮਾਵਾਂ ਦੁਆਵਾਂ ਕਰਦੀਆਂ ਨੇ, ਅੱਲਾ ਦੁਨੀਆਂ ਤੇ ਰੰਗ ਲਾ ਦਿੰਦਾ ਹੈ, ਅੱਲਾ ਖਬਰ ਵਿੱਚ ਰੰਗ ਲਾ ਦਿੰਦਾ ਹੈ। ਤਾਈਓ ਤੇ ਸੁਲਤਾਨੀ ਅਲਲ ਇਲਾਨ ਕਹਿ ਰਿਹਾ ਹੈ, ਅਜ਼ਮਤਾ ਕੀ ਸੋਨਾਵਾ ਮਾਂ। ਇੱਕ ਵਾਰੀ ਸੱਜਾ ਹੱਥ ਬੁਲੰਦ ਕਰਨਾ ਜਿਹਦੀ ਮਾਂ ਜ਼ਿੰਦਾ ਹੈ, ਇੱਕ ਵਾਰੀ ਹੱਥ ਬੁਲੰਦ ਕਰਕੇ ਕੈਮਰਾਮੈਨ ਵੇਖ, ਅੱਜ ਜ਼ਫਰਵਾਲ ਦੀ ਸਰਜ਼ਮੀਨ ਅੰਦਰ ਪ੍ਰੋਗਰਾਮ ਤੇ ਅੱਜ ਸਾਰੇ ਪੇ ਬੋਲ ਕੇ ਆਉਂਦੇ ਨੇ, ਅਜ਼ਮਤਾ ਕੀ ਸੋਨਾਵਾ ਮਾਂ। ਬਾਬਾ ਜੀ ਤਵੱਜੋ ਕਰਿਆ ਜੇ, ਅਜ਼ਮਤਾ ਕੀ ਸੋਨਾਵਾ ਮਾਂ ਦੀਆਂ ਤਾਰੀ ਦਿੰਦੀਆਂ ਨੇ, ਆਏ ਹਾਏ ਤਾਰੀ ਦਿੰਦੀਆਂ ਨੇ, ਦੋਵਾਂ ਮਾਂ ਦੀਆਂ। ਬਾਬਾ ਜੀ ਮੇਰੇ ਨਬੀ ਦੀ 6 ਸਾਲ ਦੀ ਉਮਰ ਹੈ, ਹਾਂ ਮੈਂ ਤੈਨੂੰ ਨਬੀ ਦੀ ਮਾਂ ਦੀ ਗੱਲ ਸੁਣਾਉਣਾ ਵਾਂ, ਹਾਂ ਤੈਨੂੰ ਜਨਾਬੇ ਆਮੀਨਾ ਦੀ ਗੱਲ ਸੁਣਾਉਣਾ ਵਾਂ। ਮੇਰੇ ਨਬੀ ਦਾ ਬਚਪਨ, ਅੱਜ ਤੇ ਜ਼ਹੀਰ ਵੀ ਜਵਾਨ ਹੋਇਆ ਹੈ, ਅੱਜ ਬਾਬਾ ਜੀ ਸਗੀਰ ਵੀ ਜਵਾਨ ਹੈ, ਅੱਜ ਪੁੱਤਰ ਮਾਂ ਦੇ 40 ਦੇ ਖਤਮ ਵਿੱਚ ਫੇਰ ਆਉਂਦੇ ਨੇ, ਆਂਦੇ ਨੇ ਅੰਮੀ ਜੀ ਇੱਕ ਵਾਰੀ ਆ ਜਾਓ, ਅੰਮੀ ਜੀ ਇੱਕ ਵਾਰੀ ਸੀਨੇ ਲਾ ਲਓ, ਅੰਮੀ ਜੀ ਇੱਕ ਵਾਰੀ ਮੱਥਾ ਚੁੰਮ ਜਾਵੋ, ਅੰਮੀ ਜੀ ਸਾਡੀਆਂ ਰੌਣਕਾਂ ਮੁੱਕ ਗਈਆਂ ਜੇ। ਐ ਜ਼ਹੀਰ ਅੱਲਾ ਤੇਰੇ ਅਥਰੂ ਕਬੂਲ ਕਰੇ, ਅੱਜ ਮਾਂ ਵੀ ਵੇਂਦੀ ਹੋਣੀ ਹੈ, ਮੇਰੇ ਉਹ ਬੱਚਿਓ ਤੁਹਾਡੀਆਂ ਅੱਖਾਂ 'ਚ ਅਥਰੂ ਆ ਗਏ ਨੇ। ਓਏ ਜ਼ਫਰ ਵਾਲਾ ਲਿਓ, ਹੈ ਪੁੱਤਰ ਰੋਵੇ ਮਾਵਾਂ ਜਫੇ ਮਾਰ ਲੈਂਦੀਆਂ ਨੇ, ਹੈ ਪੁੱਤਰ ਪਰੇਸ਼ਾਨ ਹੋਵੇ ਜ਼ਹੀਰ, ਤੈਨੂੰ ਮਾਂ ਆਉਂਦੀ ਹੋਣੀ ਹੈ, ਸਗੀਰ ਮਾਂ ਆਉਂਦੀ ਹੋਣੀ ਹੈ। ਹੈ ਮੇਰੇ ਬੱਚਿਓ ਟੈਨਸ਼ਨ ਨਾ ਲਿਆ ਰੇ, ਹੈ ਮੇਰੇ ਪੁੱਤਰੋ ਫਿਕਰਾਂ ਨਾ ਕਰਿਆ ਰੇ, ਅੱਜ ਮਾਂ ਤੁਹਾਡੇ ਨਾਲ ਹੈ, ਅੱਜ ਮਾਂ ਦੀਆਂ ਦੁਆਵਾਂ ਤੇਰੇ ਨਾਲ ਨੇ। ਹੈ ਜ਼ਫਰ ਵਾਲਾ ਲਿਆ, ਜਿਹੜੇ ਬੀਵੀ ਰਾਜ਼ੀ ਕਰ ਲਈ, ਜਿਹਨਾਂ ਮਾਂ ਨਾਰਾਜ਼ ਕਰ ਲਈ,
ਜਿੰਨਾ ਬੀਵੀ ਰਾਜ਼ੀ ਕਰ ਲਈ, ਜਿੰਨਾ ਪਿਓ ਨਾਰਾਜ਼ ਕਰ ਲਿਆ। ਮੈਂ ਉਹਨਾਂ ਨੂੰ ਉਜੜਦੀਆਂ ਵੇਖਿਆ ਰੇ, ਮੈਂ ਉਹਨਾਂ ਨੂੰ ਤਬਾਹ ਹੁੰਦੀਆਂ ਵੇਖਿਆ ਰੇ। ਹੇ ਮਾਵਾਂ ਤੂੰ ਬਗੈਰ ਵੇੜੇ ਵਸਦੇ ਕੋਈ ਨਹੀਂ, ਹੇ ਮਾਵਾਂ ਤੂੰ ਬਗੈਰ ਰੌਣਕਾਂ ਲੱਗਦੀਆਂ ਕੋਈ ਨਹੀਂ, ਹੇ ਮਾਵਾਂ ਤੂੰ ਬਗੈਰ ਤਾਂ ਚੰਗੀਆਂ ਲੱਗਦੀਆਂ ਕੋਈ ਨਹੀਂ। ਹਜ਼ਰਾ ਜੁਮਲੇ ਸੁਣ ਜਾਇਆ ਰੇ, ਮੇਰੇ ਨਬੀ ਨੇ ਫਰਮਾਇਆ ਕਈ ਨਾਹਤ ਮੁਹੰਮਦ ਦਾ ਐਲਾਨ ਸੁਣਿਆ ਰੇ। ਇੱਧਰ ਵੇਖਿਆ ਰੇ, ਮੇਰੇ ਨਬੀ ਦੀ ਛੋਟੀ ਜੀ ਉਮਰ ਏ, ਮੇਰੇ ਨਬੀ ਅੰਮਾ ਆਮੀਨਾ ਦੀ ਉਂਗਲ ਫੜੀ ਹੋਈ ਏ। ਜ਼ਹੀਰ ਅੱਜ ਮਾਂ ਦੀ ਸ਼ਾਨ ਸੁਣ ਕੇ ਪਿਆਰੋ ਨਾ, ਅੱਜ ਮਾਂ ਦੇ ਦੁਖੜੇ ਸੁਣ ਕੇ ਪਿਆਰੋ ਨਾ। ਹੈ ਜਿਹਦੇ ਦਿਲ ਵਿੱਚ ਮਾਂ ਵਸਦੀ ਹੋਵੇ, ਉਹ ਕਲੀਆਂ ਦੀਆਂ ਕੱਖਾਂ ਵਿੱਚ ਰੋਂਦੇ, ਅੱਧੀ ਅੱਧੀ ਰਾਤ ਨੂੰ ਬਹਿ ਬਹਿ ਰੋਂਦੇ। ਮੀਆਂ ਸਾਹਿਬ ਆਉਂਦੇ ਨੇ ਮਾਂ ਮਰੇ ਤੇ, ਹਾਏ ਸੁਣਿਓ ਯਾਰ, ਹੈ ਮਾਂ ਮਰੇ ਤੇ ਹੈ ਮਾਪੇ ਮੁਕਦੇ, ਓ ਜ਼ਫਰ ਵਾਲਾ ਲਿਓ। ਹੈ ਮਾਂ ਮਰੇ ਤੇ ਹੈ ਮਾਪੇ ਮੁਕਦੇ, ਹਾਥਾਂ ਵੀਰ ਮਰਨ। ਇੱਥੇ ਜੁਮਲੇ ਸੁਣੀ, ਹਾਥਾਂ ਵੀਰ ਮਰਨ ਵੇੜਾ ਵੇਲਾ, ਹਾਜੀ ਤਨਵੀਰ ਵੇੜੇ ਕੋਈ ਨਹੀਂ, ਹਾਜੀ ਇਹਨਾਂ ਦਾ ਵੀਰ ਸਾਹਮਣੇ ਕੋਈ ਨਹੀਂ। ਹੈ ਸਜਣਾ ਵੀਰਾਂ ਨਾਲ ਬੜੀਆਂ ਬਹਾਰਾਂ ਨੀ, ਹੈ ਸਜਣਾ ਵੀਰਾਂ ਨਾਲ ਬੜੀਆਂ ਰੌਣਕਾਂ ਨੀ। ਹੈ ਵੀਰ ਤੇ ਕੰਡ ਦਾ ਸਹਾਰਾ ਆਉਂਦੇ ਨੇ, ਹੈ ਵੀਰ ਤੇ ਬਾਬਾ ਜੀ ਵੀਰਾਂ ਦੀ ਜਾਣ ਆਉਂਦੇ ਨੇ, ਹੈ ਵੀਰ ਤੇ ਵੀਰਾਂ ਦਾ ਸਕੂਨ ਆਉਂਦੇ ਨੇ। ਬਾਬਾ ਜੁਮਲੇ ਸੁਣਿਆ ਰੇ, ਮੇਰੇ ਨਬੀ ਮਾਂ ਦੀ ਉਂਗਲ ਛੱਡੀ ਹੈ ਮਕਾਮੇ ਅਬਵਾਏ, ਬਾਬਾ ਜੀ ਪਥਰੀਲੀ ਸਰਜ਼ਮੀਨ ਏ ਬਿਆਬਾਨ ਇਲਾਕਾ ਏ। ਅੱਜ ਮਾਂ ਜਾਂਦੀ ਹੋਵੇ ਅੱਜ ਪੁੱਤਰਾਂ ਨੂੰ ਕੋਲ ਬੁਲਾ ਲੈਂਦੀ ਆ, ਬਾਬਾ ਜੀ ਜ਼ਰਾ ਮੇਰੇ ਵੱਲ ਵੇਖਿਆ ਰੇ, ਅੱਜ ਤੀਆਂ ਨੂੰ ਕੋਲ ਬੁਲਾ ਲੈਂਦੀ ਏ। ਆਂਦੀ ਓ ਮੇਰੇ ਓ ਬੱਚਿਓ, ਮੇਰਾ ਆਖਰੀ ਵੇਲਾ ਏ, ਮੈਂ ਟੁਰ ਚੱਲੀ ਆ, ਮੇਰੀਆਂ ਤੀਆਂ ਦੇ ਦਰਵਾਜ਼ੇ ਬੰਦ ਨਾ ਕਰਿਆ ਰੇ। ਵੇ ਜ਼ਹੀਰ ਪੁੱਤਰਾ, ਆਪਣੀਆਂ ਭੈਣਾਂ ਨੂੰ ਜਫੇ ਮਾਰ ਲਈ, ਆਪਣੀਆਂ ਭੈਣਾਂ ਤੇ ਸਾਇਆ ਬਣ ਜਾਇਆ ਜੇ। ਵੇ ਮੇਰੇ ਓ ਬੱਚਿਓ, ਮੈਂ ਤੇਰੀਆਂ ਭੈਣਾਂ ਬੜੀਆਂ ਨਜ਼ਰਿਆਂ ਨਾਲ ਪਾਲੀਆਂ ਨੇ, ਤੁਹਾਡੀਆਂ ਭੈਣਾਂ ਤੁਹਾਡੇ ਵੇੜੇ ਆਉਣਾ ਏ। ਸਜਣਾ ਜੁਮਲੇ ਸੁਣਿਆ ਨੇ, ਮੇਰੇ ਨਬੀ ਮਾਂ ਦੀ ਉਂਗਲ ਛੱਡੀ ਹੈ ਗੁਲਾਮਾ ਤਸ਼ਰੀਫ ਫਰਮਾਨ, ਸੁਲਤਾਨੀ ਦੇ ਜੁਮਲੇ ਜ਼ਾਇਆ ਨਾ ਕਰ ਜਾਇਆ ਨੇ। ਮੇਰੇ ਨਬੀ ਬਾਬਾ ਜੀ ਪੱਥਰਾਂ ਵਿੱਚ ਬੈਠੇ ਹੋਏ ਨੇ, ਜਨਾਬੇ ਆਮੀਨਾ ਜ਼ਮੀਨ ਤੇ ਲੇਟ ਗਈਆਂ ਨੇ। ਅੱਜ ਸਾਰਾ ਪਿੰਡੀ ਬੋੜੀ ਆਇਆ ਏ, ਅੱਜ ਜ਼ਫਰਵਾਲ ਆਇਆ ਜੁਮਲੇ ਦੇ ਚੱਲਾ ਵਾ। ਇਹ ਵੀਡੀਓ ਰਿਕਾਰਡਿੰਗ ਵਿੱਚ ਜੁਮਲਾ ਦੇਣ ਲਗਾ, ਅੱਲਾ ਦੀ ਕਸਮ ਉਠਾ ਕੇ ਆਨਾ ਵਾ, ਜਿਹਦੇ ਤੇ ਮਾਂ ਪਿਓ ਰਾਜ਼ੀ ਹੋ ਗਿਆ ਏ, ਉਹਦੇ ਤੇ ਅਰਸ਼ਾਂ ਵਾਲਾ ਖੁਦਾ ਵੀ ਰਾਜ਼ੀ ਹੋ ਗਿਆ। ਜਿਹਦੇ ਤੇ ਮਾਂ ਸੁਣ ਸੁਣ, ਜਿਹਦੇ ਤੇ ਮਾਂ ਰਾਜ਼ੀ ਏ, ਜਿਹਦੇ ਤੇ ਬਾਪ ਰਾਜ਼ੀ ਏ। ਜ਼ਮੀਨਾਂ ਛੁੱਟਦੀਆਂ ਨੇ ਤੇ ਛੁੱਟ ਜਾਣ, ਹਵੇਲੀਆਂ ਛੁੱਟਦੀਆਂ ਨੇ ਤੇ ਛੁੱਟ ਜਾਣ, ਮਕਾਨ ਛੁੱਟਦੇ ਨੇ ਤੇ ਛੁੱਟ ਜਾਣ। ਜ਼ਫਰਵਾਲ ਆਲੀਓ, ਕਦੀ ਮਾਂ ਨਾ ਛੱਡਿਆ ਰੇ, ਕਦੀ ਪਿਓ ਨਾ ਛੱਡਿਆ ਰੇ, ਆਪਣੀ ਮਾਂ ਦੇ ਕੱਪੜੇ ਚੰਗੇ ਰੱਖਿਆ ਰੇ, ਆਪਣੇ ਅੱਪੇ ਦੇ ਕੱਪੜੇ ਚੰਗੇ ਰੱਖਿਆ ਰੇ। ਹਜ਼ਰਾ ਜੁਮਲੇ ਸੁਣ ਜਾਇਆ ਰੇ, ਮੇਰੇ ਨਬੀ ਦੀ
ਸਾਲ ਦੀ ਉਮਰ ਜਨਾਬੇ ਆਮੀਨਾ ਜ਼ਮੀਨ ਤੇ ਲੇਟ ਗਈਆਂ ਨੇ। ਆਓ ਮੁਸਲਮਾਨ ਭਾਈਓ ਜੁਮਲੇ ਸੁਣਿਆ ਨੇ, ਜਨਾਬੇ ਉਮੇ ਅਮਨ ਕੋਲ ਆਈਆਂ ਨੇ, ਹਜੇ ਉਹ ਵੀ ਪਿਆ ਰੋਂਦਾ ਹੈ। ਸਜਣਾ ਜਿਨ੍ਹਾਂ ਦੀਆਂ ਮਾਵਾਂ ਟੁਰ ਗਈਆਂ ਨੇ, ਮੈਂ ਬੜੇ ਬੜੇ ਚੌਧਰੀ ਰੋਂਦੇ ਵੇਖੇ ਜੇ, ਮੈਂ ਬੜੇ ਬੜੇ ਮੌਲਵੀ ਰੋਂਦੇ ਵੇਖੇ ਨੇ, ਮੈਂ ਬੜੇ ਬੜੇ ਨਾਥ ਖਾਨ ਰੋਂਦੇ ਵੇਖੇ ਨੇ। ਬਾਬਾ ਜੀ ਉਮੇ ਅਮਨ ਨਬੀ ਦੀ ਮਾਂ ਦੇ ਸਾਹਮਣੇ ਹੱਥ ਬੰਨ ਕੇ ਬਹਿ ਗਈ ਹੈ। ਹਰਜ ਕੀਤੀ ਬੀਬੀ ਜੀ ਕੀ ਹੋਇਆ ਖੈਰ, ਫਰਮਾਇਆ ਨੀ ਉਮੇ ਅਮਨ, ਅਜਮਲੇ ਸੁਣਿਓ ਯਾਰ, ਫਰਮਾਇਆ ਨੀ ਉਮੇ ਅਮਨ ਮੇਰਾ ਮੁਹੰਮਦ ਕਿੱਥੇ ਵੇ, ਹੈ ਜੁਮਲੇ ਤੇਰੇ ਅਥਰੂ ਆ ਜਾਣਗੇ। ਨਹੀਂ ਉਮੇ ਅਮਨ ਮੇਰਾ ਪੁੱਤਰ ਕਿੱਥੇ ਵੇ, ਨਹੀਂ ਉਮੇ ਅਮਨ ਮੇਰਾ ਸ਼ਹਿਜ਼ਾਦਾ ਕਿੱਥੇ ਹੈ। ਪਿੰਡੀ ਬੋੜੀ ਵਾਲੀ ਉਹ ਜੁਮਲੇ ਸੁਣਿਆ ਨੇ, ਜਨਾਬੇ ਉਮੇ ਅਮਨ ਦੌੜ ਕੇ ਗਈਆਂ ਨੇ, ਮੇਰੇ ਨਬੀ ਦੇ ਬਾਜ਼ੂ ਤੂੰ ਫੜਿਆ ਹੈ। ਹਰਜ ਕਰਦੀਆਂ ਨੇ ਸੋਹਣਿਆ, ਤੁਹਾਨੂੰ ਮਾਂ ਵੀ ਬੁਲਾਉਂਦੀ ਏ, ਹੋਏ ਅੱਜ ਮਾਂ ਬੁਲਾਵੇ ਪੁੱਤਰ ਨਹੀਂ ਆਉਂਦੇ, ਅੱਜ ਪਿਓ ਬੁਲਾਵੇ ਬੀਵੀ ਕੋਲੋਂ ਨਹੀਂ ਆਉਂਦਾ। ਆਂਦਾ ਮੈਂ ਹੀ ਤੁਹਾਡੇ ਸਿਆਪੇ ਕਰਨੇ ਨੇ, ਆਂਦਾ ਮੈਂ ਹੀ ਤੁਹਾਡੀਆਂ ਦਵਾਈਆਂ ਲਿਆਉਣੀਆਂ ਨੇ। ਅੱਲਾ ਦੀ ਕਸਮ ਏ ਪਿੰਡੀ ਬੋੜੀ ਵਾਲਿਆ, ਇਹ ਜੁਮਲੇ ਤੇਰੇ ਅਥਰੂ ਆ ਜਾਣੇ ਨੇ। ਮੇਰੇ ਨਬੀ ਦੌੜ ਕੇ ਮਾਂ ਦੇ ਸਾਹਮਣੇ ਆ ਗਏ, ਇੱਧਰ ਵੇਖਿਓ ਜੀ, ਮੇਰੇ ਨਬੀ ਮਾਂ ਦੇ ਸਾਹਮਣੇ ਆ ਗਏ ਨੇ। ਜ਼ਹੀਰ ਸਾਹਿਬ ਇੰਜ ਮੇਰੇ ਨਬੀ ਨੇ ਹੱਥ ਬੰਨੇ ਹੋਏ ਨੇ, ਹਜ ਨਬੀਆਂ ਦਾ ਇਮਾਮ ਪਿਆ ਰੋਇਆ ਆ ਜੇ, ਹਜੀ ਅੱਲਾ ਦਾ ਯਾਰ ਪਿਆ ਰੋਂਦਾ ਹੈ, ਹਜ ਰਹਿਮਤੁਲ ਲਿਲ ਆਲਮੀਨ ਪਿਆ ਰੋਂਦਾ ਹੈ, ਹਜ ਕਾਇਨਾਤ ਦੀ ਜਾਨ ਮੁਹੰਮਦ ਰੋਇਆ। ਟਾਈਮ ਥੋੜ੍ਹਾ, ਮੈਂ ਗੱਲ ਮੁਕਾਣੀ ਅੰਦਰ ਵੇਖਿਆ ਜੇ, ਮੇਰੇ ਨਬੀ ਮਾਂ ਦੇ ਸਾਹਮਣੇ ਹੱਥ ਬੰਨ ਲੈਣ, ਹੈ ਪਿੰਡੀ ਬੋੜੀ ਵਾਲਿਆ ਹੋਏ ਜ਼ਹੀਰ ਦੀ ਅੰਮਾ ਦੇ ਖਤਮ ਵਿੱਚ ਬੈਣ ਵਾਲਿਆ। ਸਗੀਰ ਅੱਲਾ ਦੀ ਕਸਮੇ ਜੁਮਲੇ ਰੁਲਾ ਦਿੰਦੇ ਨੇ, ਮੇਰੇ ਨਬੀ ਨੇ ਮਾਂ ਦੇ ਹੱਥ ਫੜ ਲੈਣ, ਮੇਰੇ ਨਬੀ ਮਾਂ ਦੇ ਹੱਥ ਚੁੰਮਦੇ ਨੇ। ਹਜ਼ੂਰ ਆਉਂਦੇ ਨੇ, ਅੰਮੀ ਜੀ ਕਿਉਂ ਰੋਂਦੇ ਹੋ, ਅੱਜ ਸਾਰੀ ਦੁਨੀਆ ਸੁਲਤਾਨੀ ਸੁਣਦੀ ਪਈ ਹੈ ਜੁਮਲੇ ਦੇ ਚੱਲਾ, ਮੇਰੇ ਨਬੀ ਦੀ ਮਾਂ ਨੇ ਪੁੱਤਰ ਨੂੰ ਸੀਨੇ ਲਾ ਲਿਆ ਵੇ। ਹਜ਼ੂਰ ਕਦੀ ਮਾਂ ਦੇ ਹੱਥ ਚੁੰਮਦੇ ਨੇ, ਹਜ਼ੂਰ ਕਦੀ ਮਾਂ ਦਾ ਮੱਥਾ ਚੁੰਮਦੇ ਨੇ, ਆ ਥੋੜ੍ਹਾ ਜਿਹਾ ਇੱਧਰ ਹੋ ਜਾਏ ਯਾਰ, ਹਜ਼ੂਰ ਕਦੀ ਮਾਂ ਦੇ ਹੱਥ ਚੁੰਮਦੇ ਨੇ, ਹਜ਼ੂਰ ਕਦੀ ਮਾਂ ਦੇ ਕਦਮ ਚੁੰਮਦੇ ਨੇ। ਆਂਦੇ ਨੇ ਅੰਮੀ ਜੀ ਕਿੱਥੇ ਚੱਲੇ ਹੋ, ਅੰਮੀ ਜੀ ਕਿੱਥੇ ਜਾਣ ਦੀਆਂ ਤਿਆਰੀਆਂ ਨੇ। ਜਨਾਬੇ ਆਮੀਨਾ ਫਰਮਾਇਆ, ਮੁਹੰਮਦ ਮੈਂ ਤੁਰ ਚੱਲੀ ਹਾਂ, ਫੇ ਮੇਰਿਆ ਸ਼ਹਿਜ਼ਾਦਿਆ ਮੈਂ ਮੁੜ ਕੇ ਤੇਰੇ ਨਜ਼ਰੀ ਨਹੀਂ ਆਉਣਾ, ਹੇ ਮੇਰਿਆ ਪੁੱਤਰਾ ਮੈਂ ਨਹੀਂ ਆਵਾਂਗੀ। ਅੱਜ ਤੋਂ ਵੀ ਪੁੱਤਰ ਸੱਜੇ ਖੱਬੇ ਖਲੋ ਕੇ ਰੋਂਦੇ ਪਏ ਨੇ, ਇੱਕ ਤੇ ਮਾਂ ਦੇ ਕੋਲ ਹੀ ਡੇਰਾ ਲਾ ਲਿਆ ਏ, ਇੱਕ ਨੇ ਮਾਂ ਦੇ ਕੋਲ ਹੀ ਜਗ੍ਹਾ ਲੈ ਲਈ ਏ, ਇੱਕ ਤੇ ਵਿੱਚ ਨਹੀਂ ਆਇਆ। ਅੱਲਾ ਦੀ ਕਸਮੇ ਰੋ ਕੇ ਹੋ ਪਿਆ ਦੇਣੇ, ਤੁਰ ਗਈਓ ਕਿਹੜੇ ਦੇਸ ਤੁਮਾਂ, ਤੁਰ ਗਈਓ ਕਿਹੜੇ ਦੇਸ ਤੁਮਾਂ, ਸੁੰਜੇ ਹੋ ਗਏ ਵੇੜੇ ਨਿਮਾਏ, ਤੁਰ ਗਈਓ ਕਿਹੜੇ ਤੁਰ ਗਈਓ ਕਿਹੜੇ ਦੇਸ ਤੁਮਾਂ, ਸੁੰਜੇ ਹੋ ਗਏ ਵੇੜੇ।
ਹਾਜੀ ਬਾਬਾ ਜੀ ਉਸ ਮਾਈ ਦੇ ਪੋਤਰੇ ਵੀ ਰੋਂਦੇ ਆਉਣੇ ਨੇ, ਹਾਜੀ ਪੋਤਰੀਆਂ ਵੀ ਰੋਂਦੀਆਂ ਆਉਣੀਆਂ ਨੇ, ਹਾਜੀ ਦਾਦੀ ਸਾਹਮਣੇ ਕੋਈ ਨਹੀਂ, ਅੱਜ ਨਾਨੀ ਸਾਹਮਣੇ ਕੋਈ ਨਹੀਂ, ਹਾਜੀ ਪੋਤਰੇ ਵੀ ਆਉਂਦੇ ਆਉਣੇ ਨੇ। ਮਾਮੂ ਜੀ ਨਾਨੀ ਕਿੱਥੇ ਛੱਡ ਆਇਓ, ਮਾਮੂ ਜੀ ਬਿਸਮਿਲਾ ਕਹਿਣ ਵਾਲੀ ਕੋਈ ਨਹੀਂ, ਮਾਮੂ ਜੀ ਸਾਡੀ ਮਾਂ ਨੂੰ ਜੱਫੇ ਮਾਰਨ ਵਾਲੀ ਕੋਈ ਨਹੀਂ, ਮਾਮੂ ਜੀ ਸਾਡੇ ਚਾਹ ਕਰਨ ਵਾਲੀ ਕੋਈ ਨਹੀਂ। ਸਜਣਾ ਨਾਨੀਆਂ ਬੜੇ ਚਾਹ ਕਰਦੀਆਂ ਨੇ, ਹੈ ਨਾਨੀਆਂ ਦੋਤਰਿਆਂ ਦੇ ਬੜੇ ਚਾਹ ਕਰਦੀਆਂ ਨੇ, ਕਦੀ ਕੱਪੜੇ ਲੈ ਕੇ ਦਿੰਦੀਆਂ ਨੇ, ਕਦੀ ਜੁੱਤੀਆਂ ਲੈ ਕੇ ਦਿੰਦੀਆਂ ਨੇ, ਤੇ ਆਪਣੀ ਧੀ ਨੂੰ ਆਉਂਦੀਆਂ ਨੇ, ਆਪਣੇ ਵੀਰਾਂ ਵਾਸਤੇ ਦੁਆ ਮੰਗਿਆ ਜੇ, ਆਪਣੇ ਵੀਰਾਂ ਵਾਸਤੇ ਦੁਆ ਮੰਗਿਆ ਰੇ। ਹੋਏ ਸਜਣਾ ਜੁਮਲੇ ਦੇਣ ਲਗਾਵਾ, ਕਦੀ ਬੇਟੀ ਨੂੰ ਗਾਲੀ ਨਾ ਦਿਆ ਰੇ, ਕਦੀ ਬੇਟੀ ਨੂੰ ਥੱਪੜ ਨਾ ਮਾਰਿਆ ਰੇ, ਕਦੀ ਬੇਟੀ ਨਾਲ ਜ਼ਿਆਦੀ ਨਾ ਕਰਿਆ ਰੇ। ਹੇ ਬੇਟੀਆਂ ਆਉਂਦੀਆਂ ਜੇ ਛੜੀਆਂ ਸੁਬਾ ਸੁਬਾ ਉੱਠ ਕੇ ਅੱਬੂ ਵਾਸਤੇ ਦੁਆਵਾਂ ਮੰਗਦੀਆਂ ਨੇ, ਹੇ ਯਾ ਅੱਲਾ ਮੇਰੇ ਅੱਬੂ ਦੀ ਖੈਰ ਆਏ। ਬਾਬਾ ਚੰਦ ਮਿੰਟ ਰਹਿ ਗਏ, ਜੁਮਲੇ ਮੈਂ ਨੇੜੇ ਲੈ ਗਿਆ ਵਾਂ। ਹੇ ਬੇਟੀਆਂ ਆਉਂਦੀਆਂ ਨੇ, ਇਹਨਾਂ ਪੁੱਤਰਾਂ ਨੂੰ ਤੇਰੀਆਂ ਜ਼ਮੀਨਾਂ ਚਾਹੀਦੀਆਂ ਨੇ, ਇੱਧਰ ਵੇਖਿਓ ਜੀ, ਇਹਨਾਂ ਪੁੱਤਰਾਂ ਨੂੰ ਤੇਰੀਆਂ ਹਵੇਲੀਆਂ ਚਾਹੀਦੀਆਂ ਨੇ। ਹੈ ਧੀਆਂ ਨੂੰ ਜ਼ਮੀਨਾਂ ਨਹੀਂ ਚਾਹੀਦੀਆਂ, ਹੈ ਧੀਆਂ ਨੂੰ ਹਵੇਲੀਆਂ ਨਹੀਂ ਚਾਹੀਦੀਆਂ। ਬਾਬਾ ਜੀ ਇੱਥੇ ਪਿਓ ਦੀਆਂ ਜੁੱਤੀਆਂ ਲੈ ਜਾਂਦੀਆਂ ਨੇ, ਇੱਥੇ ਮਾਂ ਦੇ ਕੱਪੜੇ ਨਿਸ਼ਾਨੀਆਂ ਲੈ ਜਾਂਦੀਆਂ ਨੇ, ਹੈ ਆਪਣੇ ਸਹੁਰੇ ਬਹਿ ਕੇ ਰੋਂਦੀਆਂ ਰਹਿੰਦੀਆਂ ਨੇ, ਆਉਂਦੀਆਂ ਨੇ ਮੇਰੇ ਅੱਬੂ ਦਾ ਖਿਆਲ ਰੱਖਿਆ ਰੇ। ਸੂਫੀ ਜੀ ਤੇਰਾ ਮਜਮਾ ਰੋ ਪਿਆ, ਜੁਮਲੇ ਸੁਣਿਆ ਰੇ, ਇੱਥੇ ਰਾਤੀ ਉੱਠ ਉੱਠ ਕੇ ਖੈਰਾਂ ਮੰਗਦੀਆਂ ਨੇ, ਮੌਲਾ ਮੇਰੇ ਅੱਬੂ ਦੀ ਖੈਰ ਆਏ, ਮੌਲਾ ਮੇਰੇ ਵੀਰਾਂ ਦੀ ਖੈਰ ਆਏ। ਹੈ ਸਜਣਾ ਧੀਆਂ ਧੀਆਂ ਹੀ ਆਉਂਦੀਆਂ ਜੇ, ਹੈ ਧੀਆਂ ਵੇੜੇ ਦਾ ਸਕੂਨ ਆਉਂਦੀਆਂ ਨੇ, ਹੈ ਧੀਆਂ ਅੱਬੇ ਦਾ ਚੈਨ ਆਉਂਦੀਆਂ ਨੇ। ਇਹ ਮੇਰੀਆਂ ਮਾਵਾਂ ਭੈਣਾਂ ਵੀ ਬਹਿ ਕੇ ਪਈਆਂ ਸੁਣਦੀਆਂ ਨੇ, ਜਿਸ ਵੇੜੇ ਧੀ ਆਉਂਦੀ ਜੇ ਜ਼ਹੀਰ ਸਾਹਿਬ, ਉਸ ਵੇੜੇ ਰਹਿਮਤ ਆ ਜਾਂਦੀ ਹੈ। ਇਹ ਛੋਟੀ ਜੀ ਬੇਟੀ ਮੇਰੇ ਸਾਹਮਣੇ ਖੜੀ ਹੈ, ਅੱਲਾ ਦੀ ਕਸਮ ਉਠਾ ਕੇ ਆਉਂਦਾ ਜੇ, ਹੇ ਅੱਬੂ ਦੀਆਂ ਜੁੱਤੀਆਂ ਚੁੰਮਦੀਆਂ ਆਉਣੀਆਂ ਨੇ, ਹੇ ਬਾਪ ਦਾ ਸਿਰ ਦਬਾਉਂਦੀਆਂ ਆਉਣੀਆਂ ਨੇ। ਅੱਜ ਤੇਰਾ ਸਾਰਾ ਮਜਮਾ ਨਵੇਂ ਹੋ ਗਿਆ, ਜੁਮਲੇ ਸੁਣਿਆ ਨੇ, ਹਲ ਅਲ ਇਲਾਨ ਸੁਲਤਾਨੀ ਕਹਿ ਰਿਹਾ ਏ, ਅੱਲਾ ਦੀ ਰਹਿਮਤ ਆਉਂਦੀਆਂ ਨੇ। ਆ ਸੁਣ ਜਾਈ, ਜ਼ਿੰਦਗੀ ਦਾ ਪਤਾ ਕੋਈ ਨਹੀਂ ਹੋ, ਅੱਲਾ ਦੀ ਰਹਿਮਤ ਆਉਂਦੀਆਂ ਨੇ, ਇਹ ਮੇਰੀਆਂ ਧੀਆਂ ਬਹਿ ਕੇ ਪਈਆਂ ਸੁਣਦੀਆਂ ਨੇ, ਪੁੱਤਰਾਂ ਵਾਸਤੇ ਤੇ ਪਿਓ ਵਾਸਤੇ ਪੈਗਾਮ ਹੈ, ਅੱਲਾ ਦੀ ਰਹਿਮਤ ਆਉਂਦੀਆਂ ਨੇ, ਧੀਆਂ ਤੇ ਪਰੌਣੀਆਂ ਹੁੰਦੀਆਂ ਨੇ। ਅਗਲਾ ਮਿਸਰਾ ਸੁਣਿਓ ਬਾਬਾ ਜੀ, ਮਹਾਨਾਲ ਵਫਾਵਾਂ ਕਰਦੀਆਂ ਨੇ, ਹਾਏ ਹਾਏ, ਮਹਾਨਾਲ ਵਫਾਵਾਂ ਕਰਦੀਆਂ ਨੇ, ਬਾਬੁਲ ਲਈ ਦੁਆਵਾਂ, ਓ ਲੋਕੋ ਬਾਬੁਲ ਲਈ ਦੁਆਵਾਂ ਕਰਦੀਆਂ ਨੇ, ਵੇੜੇ ਦੀ ਰੌਣਕ ਹੁੰਦੀਆਂ ਨੇ। ਸੂਫੀ ਜੀ, ਵੇੜੇ ਦੀ ਰੌਣਕ ਹੁੰਦੀਆਂ ਨੇ, ਤੀਆਂ ਪਰੌਣੀ
ਸਜਣੋ ਤੀਆਂ ਤੇ ਪਰੌਣੀਆਂ ਹੁੰਦੀਆਂ ਨੇ। ਆ ਬਾਬਾ ਗੱਲ ਮੈਂ ਨੇੜੇ ਲੈ ਗਿਆ, ਜੁਮਲੇ ਸੁਣਿਓ। ਮੇਰੇ ਨਬੀ ਮਾਂ ਦੇ ਸਾਹਮਣੇ ਬਹਿ ਕੇ ਨਾ ਹਜ਼ੂਰ ਪੇ ਰੋਂਦੇ ਨੇ। ਅੱਜ ਕਿਸੇ ਦਾ ਪੀਰ ਜਾਵੇ ਤੇ ਮੁਰੀਦ ਰੋਂਦੇ ਨੇ, ਰੋਂਦੇ ਨੇ ਕਿ ਨਹੀਂ ਰੋਂਦੇ? ਕਿਸੇ ਦਾ ਬਾਪ ਜਾਵੇ ਤੇ ਪੁੱਤ ਰੋਂਦੇ ਨੇ, ਕਿਸੇ ਦਾ ਵੀਰ ਜਾਵੇ ਤੇ ਵੀਰ ਰੋਂਦੇ ਨੇ। ਅਲ ਅਲ ਐਲਾਨ, ਇਹ ਪਹਿਲੇ ਬੰਦੇ ਤੋਂ ਲੈ ਕੇ ਆਖਰੀ ਬੰਦੇ ਤੱਕ ਮੇਰੇ ਕੋਲ ਲਿਖਵਾ ਲਓ, ਲਿਖਵਾ ਲਓ, ਲਿਖਵਾ ਲਓ ਤੇ ਲੋਹੇ ਤੇ ਲਕੀਰ ਜੇ। ਇਹ ਜੁਮਲੇ ਸੁਣਿਓ ਜ਼ਰਾ, ਇਹ ਲੋਹੇ ਤੇ ਲਕੀਰ ਜੇ। ਜਿਹੜਾ ਬੰਦਾ, ਬਾਬਾ ਜੀ ਤਵੱਜੋ ਕਰਿਓ ਜੁਮਲਿਆਂ ਨੂੰ, ਜਿਹੜਾ ਬੰਦਾ ਮਾਂ ਪਿਓ ਨੂੰ ਘਰ ਜ਼ਲੀਲ ਕਰਦਾ ਨਾ ਘਰ, ਜਿਹੜਾ ਪੁੱਤਰ ਜਿਹੜੀ ਨੂੰ ਆਪਣੀ ਸੱਸ ਨੂੰ ਜ਼ਲੀਲ ਕਰੇ, ਪੈਗਾਮ ਹੈ, ਜਿਹੜੀ ਨੂੰ ਆਪਣੇ ਸਹੁਰੇ ਨੂੰ ਜ਼ਲੀਲ ਕਰੇ ਤੇ ਆਖੇ ਬਾਬਾ ਤੇਰਾ ਇੱਥੇ ਕੀ ਹੈ, ਮਾਈ ਤੇਰਾ ਇੱਥੇ ਕੀ ਹੈ। ਮੈਂ ਕਿਹਾ ਚੱਲੀਏ, ਇਹ ਜਿਸ ਵਿਹੜੇ ਤੂੰ ਵੀ ਰਹਿਣੀ ਹੈ ਨਾ, ਇਹ ਵਿਹੜਾ ਤੇਰੇ ਸਹੁਰੇ ਹੀ ਬਣਾਇਆ ਹੋਇਆ ਹੈ। ਐਂ ਉੱਚੀ ਬੋਲੋ ਹਾਂਜੀ ਬਾਬਾ ਜੀ, ਜਿਹਨੂੰ ਸਮਝ ਆਈ। ਇਹ ਵਿਹੜਾ ਐਸੇ ਸਹੁਰੇ ਦੇ ਪੈਸੇ ਲੱਗੇ ਨੇ, ਇਹ ਇੱਟਾਂ ਇਹਨੇ ਮੰਗਵਾਈਆਂ ਸਨ, ਪੱਥਰ ਇਹਨੇ ਲਵਾਇਆ ਸੀ, ਤੇ ਜਿਸ ਸੱਸ ਨੂੰ ਤੂੰ ਪਿਆ ਜਾਣੀ ਹੈ ਨਾ, ਆ ਪੈਗਾਮ ਜੇ ਸਲਾਈ ਪੈਗਾਮ ਪੂਰੀ ਮਹਿਫਲ ਵਾਸਤੇ, ਜਿਸ ਸੱਸ ਨੂੰ ਤੂੰ ਆਖਿਆ ਨਾ ਅੰਮਾ ਮੇਰੇ ਵਿਹੜੇ ਨਾ ਆਵੀਂ, ਮੇਰੇ ਘਰ ਨਾ ਆਵੀਂ, ਮੈਂ ਉਹਨਾਂ ਆਪਣੀਆਂ ਭੈਣਾਂ ਅੱਗੇ ਹੱਥ ਬੰਨ ਕੇ ਇਲਤਮਾਸ ਪਿਆ ਕਰਨਾ, ਵੇਖ ਰਹੀਆਂ ਨੇ, ਮੈਂ ਹੱਥ ਬੰਨ ਪੇ ਗਿਆ ਨਾ, ਅੱਲਾ ਦੀ ਇੱਜ਼ਤ ਦੀ ਕਸਮ ਪਿੰਡੀ ਬੋੜੀ ਵਾਲਿਆ, ਇਹ ਜਿਹੜੀ ਸੱਸ ਨੂੰ ਤੂੰ ਅੱਜ ਗਾਲ ਕੱਢੀ ਹੈ ਨਾ, ਤੇ ਗਲੀ ਵਿੱਚ ਬਹਿ ਕੇ ਰੋਂਦੀ ਰਹੀ ਹੈ, ਤੇ ਪੁੱਤਰ ਨੂੰ ਵੀ ਨਹੀਂ ਵੀ ਦੱਸਦੀ ਕਿ ਪੁੱਤਰ ਕਿਤੇ ਗੁੱਸਾ ਨਾ ਕਰ ਜਾਏ, ਆਖੇ ਅੰਮਾ ਤੇਰੀ ਗਲਤੀ। ਅੱਜ ਦੇ ਪੁੱਤਰ ਵੀ ਇੰਜਦੇ ਨੇ ਨਾ, ਜਿਹੜੇ ਮਾਂ ਦੀ ਗਲਤੀ ਕੱਢਦੇ ਨੇ, ਬੁੱਢੀ ਦੀ ਗਲਤੀ। ਨਾਰਾਜ਼ ਤਾਂ ਨਹੀਂ ਹੋ ਗਏ ਬਾਬਾ ਜੀ? ਮੈਂ ਗੱਲ ਸੱਚੀ ਪਿਆ ਕਰਦਾ ਜੇ, ਆਉਂਦੇ ਨੇ ਨਹੀਂ ਅੰਮਾ ਅੰਮਾ ਤੂੰ ਐਵੇਂ ਬੋਲਦੀ ਰਹਿਣੀ, ਅੱਬਾ ਤੇਰੀ ਆਦਤ ਬਣ ਗਈ ਐਵੇਂ ਗੱਲਾਂ ਕਰਦਿਆਂ ਰਹਿਣਾ। ਬਾਬਾ ਮੈਨੂੰ ਇਮਾਨਦਾਰੀ ਨਾ ਦੱਸੋ, ਜਦੋਂ ਅਸੀਂ ਛੋਟੇ ਛੋਟੇ ਸਨ ਤੇ ਘਰ ਵਿੱਚ ਕਿੰਨਾ ਸ਼ੋਰ ਕਰਨੇ ਸਨ, ਹੁਣ ਵੀ ਬੱਚੇ ਵਾਲੇ ਹੋ ਨਾ ਤੁਸੀਂ, ਵੇਖੋ ਬੰਦਾ ਥੱਕਿਆ ਆਵੇ ਨਾ ਕੰਮ ਤੋਂ ਬਾਬਾ ਜੀ, ਤੇ ਬੱਚੇ ਸ਼ੋਰ ਕਰਦੇ ਹੋਣ ਤੇ ਕੀ ਪਿਓ ਘਰੋਂ ਕੱਢ ਛੱਡਦਾ ਉਹਨਾਂ ਨੂੰ? ਦੱਸੋ, ਉੱਚੀ ਬੋਲੋ, ਕਦੀ ਬਾਪ ਨੇ ਘਰੋਂ ਕੱਢਿਆ ਵੀ ਜਾਓ ਦਫਾ ਹੋ ਜਾਓ ਮੇਰੇ ਘਰੋਂ ਨਿਕਲ ਜਾਓ, ਮੈਂ ਥੱਕਿਆ ਆਇਆ ਮਿਸਤਰੀਆਂ ਪਿੱਛੇ ਦਿਹਾੜੀ ਲਾ ਕੇ ਆਇਆ, ਮੈਂ ਦੁਕਾਨ ਤੇ ਸਾਰਾ ਦਿਨ ਪਿਆ ਖੱਪਣਾ ਸਾਂ, ਤੁਸਾਂ ਆ ਕੇ ਮੇਰਾ ਸਕੂਨ ਖਰਾਬ ਕਰ ਛੱਡਿਆ। ਇੱਧਰ ਵੇਖੋ ਪਿੰਡੀ ਬੋੜੀ ਵਾਲਿਆ, ਪੁੱਤਰ ਸੀਨੇ ਤੇ ਵੀ ਬਹਿ ਜਾਂਦੇ ਨੇ, ਧੀਆਂ ਸੀਨੇ ਤੇ ਵੀ ਬਹਿ ਜਾਂਦੀਆਂ ਨੇ। ਕਿਬਲਾ ਅੱਲਾ ਦੀ ਕਸਮ ਹੈ, ਕਦੀ ਪਿਓ ਨੇ ਗੁੱਸਾ ਨਹੀਂ ਸੀ ਕੀਤਾ, ਕਰਦਾ ਸੀ? ਉੱਚੀ ਬੋਲੋ ਬਾਬਾ ਜੀ, ਕਦੀ ਬਾਪ ਨੇ ਗੁੱਸਾ ਕੀਤਾ ਸੀ? ਨਹੀਂ ਸੀ ਕੀਤਾ। ਅੱਜ ਬਾਪ ਵਡੇਰਾ ਹੋ ਗਿਆ, ਇਹ ਪੈਗਾਮ ਹੈ ਜ਼ਿੰਦਗੀ 'ਚ ਲੈ ਜਾਏ, ਅੱਜ ਬਾਪ ਵਡੇਰਾ ਹੋ ਗਿਆ ਤਾਂ ਪੁੱਤਰ ਜਵਾਨ ਹੋ ਗਿਆ। ਇੱਧਰ ਵੇਖਿਓ, ਬਾਪ ਨੇ ਇੱਕ ਗੱਲ ਦੋ ਵਾਰੀ ਕੀਤੀ, ਫਿਰ ਤਿੰਨ ਵਾਰੀ ਕੀਤੀ, ਉਹਦੀ ਬੁੱਢੀ ਵੀ ਉੱਠ ਕੇ ਪੈ ਗਈ ਤੇ ਪੁੱਤਰ ਵੀ ਉੱਠ ਕੇ ਪੈ ਗਿਆ। ਕਹਿਣ ਲੱਗਾ, ਅੱਬਾ ਇੱਕ ਵਾਰੀ ਸਾਨੂੰ ਸਮਝ ਨਹੀਂ ਆਉਂਦੀ ਤੇਰੀ ਗੱਲ ਦੀ, ਬਾਰ ਬਾਰ ਕਿਉਂ ਗੱਲਾਂ ਕਰਨਾ, ਬਾਰ ਬਾਰ ਕਿਉਂ ਸ਼ੋਰ ਪਾਉਣਾ? ਉਹੀ ਨੂੰ ਉੱਠ ਕੇ ਪੀ ਆਉਂਦੀ ਹੈ ਸਹੁਰੇ ਨੂੰ, ਆਂਦੀ ਬਾਬਾ ਇੰਨਾ ਸ਼ੋਰ ਨਾ ਪਾਇਆ ਕਰ ਮੇਰੇ ਘਰ, ਇੰਨਾ ਰੌਲਾ ਪਾਉਣ ਦੀ ਲੋੜ ਨਹੀਂ, ਬਾਹਰ ਜਾ ਕੇ ਗਲੀ 'ਚ ਰੌਲਾ ਪਾ, ਬਾਜ਼ਾਰ 'ਚ ਰੌਲਾ ਪਾ। ਮੈਂ ਕਿਹਾ ਚੱਲੀਏ, ਆਪਣੇ ਬੰਦੇ ਨੂੰ ਕਦੀ ਇੱਕ ਮਿੰਟ ਬਿਠਾ ਕੇ ਨਾ ਕੋਲ ਤੇ ਪੁੱਛੀ, ਇਹ ਜਦੋਂ ਪਿਓ ਜਵਾਨ ਸੀ ਤੇ ਤੇਰਾ ਬੰਦਾ ਬੱਚਾ ਸੀ, ਇਹਨੇ ਕਿੰਨਾ ਸ਼ੋਰ ਪਾਇਆ, ਇੱਕ ਗੱਲ ਨੂੰ ਕਿੰਨੀ ਵਾਰੀ ਕਰਦਾ ਸੀ, ਇੱਕ ਗੱਲ ਨੂੰ ਕਿੰਨੀ ਵਾਰੀ ਦਰਾਂਦਾ ਸੀ, ਅੱਬਾ ਜੀ ਮੈਂ ਇਹ ਹੀ ਲੈਣਾ। ਪਿਓ ਨੇ ਆਖਿਆ ਲੈ ਦਿਆਂ, ਨਹੀਂ ਅੱਬਾ ਜੀ ਮੈਂ ਹੀ ਲੈਣਾ, ਆਹ ਤੁਹਾਡੇ ਵੀ ਬਾਪ ਨੇ ਮੇਰੇ ਵੀ ਬਾਪ ਨੇ। ਜੁਮਲੇ ਸੁਣੀ, ਕਦੀ ਪਿਓ ਨੇ ਗੁੱਸਾ ਕੀਤਾ ਸੀ, ਕਦੀ ਬਾਪ ਨੇ, ਅੱਜ ਪੁੱਤਰ 'ਤੇ ਗੁੱਸਾ ਕਰਦੇ ਨੇ। ਅੱਜ ਅੱਬੇ ਦੀ ਗੱਲ ਵੀ ਚੰਗੀ ਨਹੀਂ ਪੀ ਲੱਗਦੀ, ਅੱਜ ਅੱਬੇ ਦਾ ਮਸ਼ਵਰਾ ਵੀ ਚੰਗਾ ਨਹੀਂ ਪੀ ਲੱਗਦਾ, ਅੱਜ ਮਾਂ ਦੀ ਗੱਲ ਵੀ ਚੰਗੀ ਨਹੀਂ ਪੀ ਲੱਗਦੀ। ਚੱਲਿਓ ਇੱਧਰ ਵੇਖੋ, ਇਹ ਟੁਰ ਗਈ ਜੇ ਨਾ ਇਹਨਾਂ ਦੀ,
ਕਰੋੜਪਤੀ ਵੀ ਬਣ ਜਾਣਗੇ ਨਾ, ਮੈਂ ਮਿੰਬਰ ਤੇ ਬਹਿ ਕੇ ਗੱਲ ਪੈ ਕਰਨਾ, ਕਰੋੜਪਤੀ ਵੀ ਬਣ ਜਾਣਗੇ ਨਾ, ਕਰੋੜਪਤੀ ਵੀ ਇਹਨਾਂ ਨੂੰ ਉਹ ਰੌਣਕ ਨਹੀਂ ਲੱਗਣੀ ਜਿਹੜੀ ਰੌਣਕ ਮਾਂ ਦੇ ਨਾਲ ਸੀ। ਕਸਮ ਖੁਦਾ ਦੀ ਪੁੱਛ ਲਵੋ ਜਿੱਥੇ ਜਿੱਥੇ, ਇਹਨਾਂ ਨੂੰ ਉਹ ਬਹਾਰ ਨਹੀਂ ਮਿਲਣੀ, ਉਹ ਰੌਣਕ ਨਹੀਂ ਮਿਲਣੀ। ਬਾਬਾ ਜੀ ਬੰਦਾ ਪੀਰਖਾਨੇ ਜਾਵੇ ਨਾ, ਪੀਰਖਾਨੇ ਤੇ ਪੀਰ ਸਾਹਮਣੇ ਬੈਠਾ ਹੋਵੇ ਤੇ ਹੋਰ ਲਤਫ ਹੁੰਦਾ। ਤਵੱਜੋ ਕਰਿਓ, ਪੀਰ ਸਾਹਮਣੇ ਮਿਲ ਜਾਏ ਤੇ ਸਕੂਨ ਮਿਲ ਜਾਂਦਾ, ਤੇ ਜੇ ਬੰਦਾ ਇੰਨਾ ਸਫ਼ਰ ਕਰਕੇ ਜਾਵੇ ਤੇ ਅੱਗੇ ਪੀਰ ਵੀ ਨਾ ਹੋਵੇ, ਅੱਗੇ ਬੰਦਾ ਵੀ ਨਾ ਹੋਵੇ। ਬਾਬਾ ਬੰਦਾ ਬਾਹਰੋਂ ਥੱਕਿਆ ਹੋਵੇ ਨਾ, ਇੱਧਰ ਵੇਖਿਓ, ਤੇ ਮਾਂ ਵਡੇਰੀ ਹੋਵੇ ਨਾ, ਤੇ ਉਹਦੀ ਬੁੱਢੀ ਨੂੰ ਆਉਂਦੀ ਇਹ ਨਹੀਂ ਰੋਟੀ ਲਿਆ, ਰੋਟੀ ਦੇ ਪਾਣੀ ਦੇ, ਆਉਂਦੀ ਅੰਮਾ ਦੇ ਲੈਣੀਆਂ, ਆਉਂਦੀ ਮੇਰਾ ਪੁੱਤਰ ਭੁੱਖਾ ਆ। ਹਾਏ ਹਾਏ ਹਾਏ, ਇਹਨੂੰ ਵਡੇਰੀਆਂ ਹੋ ਕੇ ਵੀ ਟੈਨਸ਼ਨਾਂ ਨੇ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਅਲ-ਇਲਾਨ ਸੁਲਤਾਨੀ, ਜੁਮਲੇ ਪੜ ਕੇ ਇਜਾਜ਼ਤ ਚਾਂ ਲਗਾਵੇ। ਤਾਈਓ ਤੇ ਰੋਮੀਏ ਕਸ਼ਮੀਰ, ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਅਲੈਹ ਨੇ ਕਲਮ ਉਠਾਈ, ਆਖਰੀ ਗੱਲ ਜੁਮਲੇ ਸੁਣਿਆ ਏ, ਮੀਆਂ ਸਾਹਿਬ ਆਂਦੇ ਨੇ ਵੀਰ ਵੀ ਰਹਾਂ ਦੇ ਤਰੇ, ਇੱਧਰ ਵੇਖਿਓ ਯਾਰ, ਦੋ ਮਿੰਟ ਚਾਰ ਮਿੰਟ, ਹੈ ਵੀਰ ਵੀਰਾਂ ਦੇ, ਹੈ ਜ਼ਹੀਰ ਸਾਹਿਬ ਵੀਰ ਵੀਰਾਂ ਦੇ, ਮੁੱਕ ਗਈ ਜੇ ਗੱਲ, ਹੈ ਵੀਰ ਵੀਰਾਂ ਦੇ, ਹੈ ਤਰੇ ਹੁੰਦੇ ਬਾਬਾ ਜੀ, ਤੇ ਵੀਰ ਵੀਰਾਂ ਦੀਆਂ, ਇੱਧਰ ਜ਼ਰਾ ਹੱਥ ਚੁੱਕੀ ਇੱਕ ਵਾਰੀ, ਵੀਰ ਵੀਰਾਂ ਦੀਆਂ ਬਾਵਾਂ, ਹੈ ਪਾਪ ਸਿਰਾਂ ਦੇ, ਹੈ ਤਾਜ ਮੁਹੰਮਦ, ਹੈ ਮਾਵਾਂ ਠੰਡੀਆਂ ਛਾਵਾਂ, ਤੇ ਈਦਾਂ ਤੇ ਸ਼ਬਰਾ ਤਾਇਆਂ। ਪਿੰਡੀ ਬੋੜੀ ਵਾਲੇ ਸੁਣੀ, ਮੈਂ ਨਬੀ ਪਾਕ ਦੀ ਅੰਮੀ ਦਾ ਵਿਸਾਲ ਸੁਣਾ ਕੇ ਇਜਾਜ਼ਤ ਜਾਣ ਲਗਾਵਾਂ। ਮੇਰੇ ਨਬੀ ਮਾਂ ਦੇ ਸਾਹਮਣੇ ਹੱਥ ਬੰਨ ਕੇ ਬਹਿ ਗਏ ਨੇ, ਬਾਬਾ ਜੀ ਜਾਂਦੀ ਵਾਰੀ ਜਨਾਬੇ ਅਮੀਨਾ ਨੇ ਅੱਖਾਂ ਖੋਲ ਕੇ ਮੇਰੇ ਨਬੀ ਨੂੰ ਵੇਖਿਆ ਏ, ਮੇਰੇ ਪਾਕ ਪੈਗੰਬਰ ਨੂੰ ਵੇਖਿਆ ਏ। ਹਾਏ ਮਾਵਾਂ ਵਾਲਿਓ, ਹਾਏ ਛਾਵਾਂ ਵਾਲਿਓ, ਹਾਏ ਤੁਹਾਡੇ ਵਿਹੜੇ ਜੰਨਤ ਵਸਦੀ ਜੇ, ਹਾਏ ਤੁਹਾਡੇ ਵਿਹੜੇ ਜੰਨਤ ਫਿਰਦੀ ਜੇ, ਹਾਏ ਤੁਹਾਡੇ ਵਿਹੜੇ ਜੰਨਤ ਬੈਠੀ ਜੇ, ਹਾਏ ਮਾਵਾਂ ਜੰਨਤ ਆਉਂਦੀਆਂ ਜੇ। ਸੁਣਿਓ ਯਾਰ, ਹਾਏ ਮਾਵਾਂ ਜੰਨਤ ਆਉਂਦੀਆਂ ਜੇ, ਫਿਰ ਮੈਂ ਨਾ ਪਿਆ, ਮਾਵਾਂ ਜੰਨਤ ਆਉਂਦੀਆਂ ਜੇ, ਮਾਵਾਂ ਜੰਨਤ ਆਉਂਦੀਆਂ ਜੇ, ਤੇ ਬਾਪ ਜੰਨਤ ਦਾ ਦਰਵਾਜ਼ਾ ਹੁੰਦਾ। ਇੱਥੇ ਜੁਮਲੇ ਸੁਣੀ, ਮੈਂ ਗੱਲ ਮੁਕਾਵਾਂ, ਮੇਰੇ ਨਬੀ ਮਾਂ ਨੂੰ ਸੀਨੇ ਲਾ ਲਿਆ, ਜ਼ਹੀਰ ਕੈਸਾ ਮੰਜ਼ਰ ਆਉਣਾ ਏ, ਅੱਜ ਮੁਹੰਮਦ ਅਮਰ ਤੂੰ ਵੀ ਸੁਣ ਲੈ ਇਟਲੀ ਬਹਿ ਗਏ, ਅੱਜ ਤੇਰੀ ਦਾਦੀ ਦੇ ਖਤਮ ਵਿੱਚ ਸੁਲਤਾਨੀ ਜੁਮਲੇ ਦੇ ਕੇ ਕਹਿ ਰਿਹਾ ਏ, ਅੱਲਾ ਦੀ ਕਸਮੇ ਬਾਹਰ ਬਹਿ ਕੇ ਰੋਂਦਾ ਰਿਹਾ ਏ, ਆਂਦਾ ਰਿਹਾ ਕਾਰੀ ਸਾਹਿਬ ਮੈਨੂੰ ਅੱਬੂ ਦੀ ਬੜੀ ਯਾਦ ਆਉਂਦੀ ਏ, ਕਾਰੀ ਸਾਹਿਬ ਮੈਨੂੰ ਦਾਦੀ ਦੀਆਂ ਬੜੀਆਂ ਯਾਦਾਂ ਆਉਂਦੀਆਂ ਜੇ, ਹੈ ਮੈਂ ਪਰਦੇਸਾਂ 'ਚ ਆ ਗਿਆ ਜੇ, ਲੋਕੋ ਪਰਦੇਸਾਂ 'ਚ ਪੁੱਤਰ ਰੁੱਲ ਜਾਂਦੇ ਨੇ, ਹੈ ਪਰਦੇਸਾਂ 'ਚ ਜਵਾਨੀਆਂ ਰੁੱਲ ਜਾਂਦੀਆਂ ਨੇ, ਜਿਹੜਾ ਬੜੇ ਨਖਰੇ ਕਰਦਾ ਏ, ਜਿਹੜਾ ਬੜੇ ਨਾਜ਼ ਕਰਦਾ ਏ, ਅੱਜ ਸ਼ਾਮ ਦੀਆਂ ਰੋਟੀਆਂ ਸੁਬਾਹ ਖਾਂਦਾ ਪਿਆ ਏ, ਅੱਜ ਸੁਬਾਹ ਦੀਆਂ ਰੋਟੀਆਂ ਸ਼ਾਮ ਪਿਆ ਖਾਂਦਾ ਏ। ਸੱਜਣੋ ਪਰਦੇਸ ਬੜੇ ਔਖੇ ਆਉਂਦੇ ਜੇ, ਹੈ ਜਿਨ੍ਹਾਂ ਦੇ ਪੁੱਤਰ ਤੇ ਬਾਈ ਬਰੋਂ ਨੇ ਮੁਲਕ ਨੇ ਕਦੀ ਪੁੱਛਿਆ ਰੇ, ਆਂਦਾ ਕਾਰੀ ਸਾਹਿਬ ਮੈਂ ਕੰਮ ਕਰਨਾ ਵਾਂ ਤੇ ਆਣ ਪਿੱਛੇ ਹੀ ਤੁਰੀ ਜਾਂਦਾ ਏ, ਹੈ ਮੇਰੇ ਚਾਚੋ ਬੜਾ ਪਿਆਰ ਕਰਦੇ ਰਹੇ,
ਬੜੀ ਮੁਹੱਬਤ ਕਰਦੇ ਰਹੇ ਨੇ, ਹਜੇ ਬਾਬਾ ਵੀ ਸਿਰ ਤੇ ਕੋਈ ਨਹੀਂ, ਹੋਏ ਹਜੇ ਅੱਬੂ ਵੀ ਸਿਰ ਤੇ ਕੋਈ ਨਹੀਂ, ਆਂਦਾ ਮੈਂ ਯਤੀਮ ਹੋ ਗਿਆ ਜੇ ਹਲਾ ਮਸਾ ਮੈਂ ਯਤੀਮ ਜੇ ਮੇਰੇ ਸਿਰ ਤੇ ਬਾਪ ਦਾ ਸਾਇਆ ਕੋਈ ਨਹੀਂ। ਸਜਣਾ ਯਤੀਮ ਰੁੱਲ ਜਾਂਦੇ ਨੇ, ਹੈ ਜਿਨ੍ਹਾਂ ਦੇ ਪਿਓ ਸਿਰ ਤੇ ਨਹੀਂ ਆਉਂਦੇ ਉਹਨਾਂ ਨੂੰ ਸੀਨੇ ਕੋਈ ਨਹੀਂ ਲਾਂਦਾ, ਉਹਨਾਂ ਨਾਲ ਪਿਆਰ ਕੋਈ ਨਹੀਂ ਕਰਦਾ। ਹਜ਼ਰਾ ਜੁਮਲੇ ਸੁਣਿਓ ਤੇ ਗੱਲ ਮੁਕਾਵਾਂ, ਮੇਰੇ ਨਬੀ ਨੇ ਮਾਂ ਨੂੰ ਜਾਂਦੀ ਵਾਰੀ ਜਫਾ ਮਾਰ ਲਿਆ ਏ, ਅੱਲਾ ਦੀ ਕਸਮ ਏ ਬੋੜੀ ਵਾਲੇ ਆ, ਮੇਰੇ ਨਬੀ ਦੀਆਂ ਅੱਖਾਂ 'ਚ ਅਥਰੂ ਜਾਰੀ ਨੇ। ਅੱਜ ਕੁੱਲ ਕਾਇਨਾਤ ਦਾ ਨਬੀ ਰੋ ਰਿਹਾ ਏ, ਅੱਜ ਰਹਿਮਤੁਲ ਲਿਲ ਆਲਮੀਨ ਰੋ ਰਿਹਾ ਏ, ਅੱਜ ਨਬੀਆਂ ਦਾ ਸਰਦਾਰ ਰੋ ਰਿਹਾ ਏ। ਹਜ਼ਰਾ ਜੁਮਲੇ ਸੁਣਿਆ ਨੇ, ਮੇਰੇ ਨਬੀ ਦੀ ਗੋਦ ਵਿੱਚ ਮਾਂ ਦਾ ਵਿਸਾਲ ਹੋਇਆ ਏ, ਮੇਰੇ ਨਬੀ ਨੇ ਨੰਨੇ ਨੰਨੇ ਹੱਥਾਂ ਨਾਲ ਬਾਬਾ ਜੀ ਮਾਂ ਦੀ ਕਬਰ ਬਣਾਈ ਏ, ਮੇਰੇ ਨਬੀ ਨੇ ਨੰਨੇ ਨੰਨੇ ਹੱਥਾਂ ਨਾਲ ਆਪਣੀ ਮਾਂ ਦੀ ਕਬਰ ਦੇ ਪੱਥਰ ਰੱਖਦੇ ਨੇ। ਉਮੇ ਮਣਾਂਦੀਆਂ ਨੇ ਲੋਗਾਂ, ਹੈਂਜ ਮੈਂ ਕਦੀ ਨਬੀ ਨੂੰ ਰੋਂਦਿਆਂ ਨਹੀਂ ਵੇਖਿਆ, ਹੈਂਜ ਮੈਂ ਕਦੀ ਸੋਹਣੇ ਨੂੰ ਤੜਫਦਿਆਂ ਨਹੀਂ ਵੇਖਿਆ, ਇਹਦੇ ਬਾਪ ਦਾ ਸਾਇਆ ਵੀ ਸਿਰ ਤੇ ਕੋਈ ਨਹੀਂ। ਬਾਬਾ ਜੀ ਅੱਜ ਮਾਂ ਵੀ ਤੁਰ ਗਈ ਏ, ਅੱਜ ਮਾਂ ਵੀ ਪੜਦਾ ਕਰ ਗਈ ਏ, ਹੋਏ ਸੱਜਣਾ ਮਾਵਾਂ ਛਾਵਾਂ ਹੀ ਆਉਂਦੀਆਂ ਜੇ, ਹੋਏ ਮਾਵਾਂ ਨਾਲ ਵਿਹੜੇ ਦਾ ਸਕੂਨ ਆਉਂਦਾ ਏ, ਇੱਧਰ ਸੁਣਿਓ, ਮਾਵਾਂ ਨਾਲ ਵਿਹੜੇ ਦਾ ਚੈਨ ਆਉਂਦਾ ਏ। ਮੇਰੇ ਨਬੀ ਨੇ ਮਾਂ ਦੀ ਕਬਰ ਬਣਾ ਲਈ ਏ, ਅਲਾਮਾ ਸਾਹਿਬ ਉਮੇ ਮਣਾਂਦੀਆਂ ਨੇ, ਜਦੋਂ ਮੈਂ ਸੋਹਣੇ ਨੂੰ ਇੱਧਰ ਵੇਖਿਆ ਜੇ, ਜਦੋਂ ਮੈਂ ਸੋਹਣੇ ਨੂੰ ਲੈ ਕੇ ਪਹਾੜੀ ਵੀ ਉਤਰਨੀ ਆ, ਮੇਰੇ ਨਬੀ ਨੇ ਉਂਗਲ ਛੜਾ ਲਈ ਏ, ਮੇਰੇ ਨਬੀ ਦੌੜ ਕੇ ਮਾਂ ਦੀ ਕਬਰ ਤੇ ਗਏ ਨੇ। ਅਗਲੇ ਦਿਨ ਮੈਂ MNA ਦੇ ਡੇਰੇ ਤੇ ਗਿਆ, ਰੋ ਗਿਆ ਦਾ ਕਾਰੀ ਸਾਹਿਬ, ਅੱਜ ਮੈਨੂੰ ਪਤਾ ਲੱਗਾ ਏ ਮੇਰੇ ਵੇੜੀਓਂ ਰੌਣਕਾਂ ਮੁੱਕ ਗਈਆਂ ਨੇ, ਅੱਜ ਮੈਨੂੰ ਪਤਾ ਲੱਗਾ ਮੇਰੇ ਡੇਰੀਓਂ ਰੌਣਕਾਂ ਮੁੱਕ ਗਈਆਂ ਨੇ। ਮੈਂ ਕਿਹਾ MNA ਕੀ ਹੋਇਆ ਈ, ਆਂਦਾ ਪਿੱਛੇ ਦੁਆਵਾਂ ਮੰਗਣ ਵਾਲੀ ਕੋਈ ਨਹੀਂ ਰਹੀ, ਹੋਏ ਪਿੱਛੇ ਮਸੱਲੇ ਪਾਉਣ ਵਾਲੀ ਕੋਈ ਨਹੀਂ ਰਹੀ, ਹੋਏ ਪਿੱਛੇ ਖੈਰਾਂ ਮੰਗਣ ਵਾਲੀ ਕੋਈ ਨਹੀਂ ਰਹੀ। ਹੋਏ ਸੱਜਣਾ ਜੁਮਲੇ ਸੁਣ ਜਾਇਆ ਨੇ, ਹਲਲ ਇਲਾਨ ਸੁਲਤਾਨੀ ਕਹਿ ਰਿਹਾ ਏ, ਮੇਰੇ ਨਬੀ ਨੇ ਮਾਂ ਦੀ ਕਬਰ ਨੂੰ ਜੱਫਾ ਮਾਰ ਲਿਆ, ਇੱਧਰ ਸੁਣਿਓ, ਹਜ਼ੂਰ ਨੇ ਅੰਮੀ ਦੀ ਕਬਰ ਨੂੰ ਜੱਫਾ ਮਾਰ ਲਿਆ, ਹਜ਼ੂਰ ਮਾਂ ਦੀ ਕਬਰ 'ਤੇ ਲੇਟ ਗਏ ਨੇ। ਉਮੇ ਮਣਾਂਦੀਆਂ ਨੇ, ਮੈਂ ਉਠਾਨੀ ਹਾਂ ਮੁਹੰਮਦ ਉੱਠਦੇ ਨਹੀਂ, ਮੈਂ ਚੁੱਕਨੀ ਹਾਂ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ। ਹੈ ਜ਼ਫਰ ਵਾਲਾ ਲਿਓ, ਮਾਂ ਦੀ ਕਬਰ 'ਤੇ ਰੋ ਰਹੇ ਨੇ, ਅੱਜ ਮੇਰਾ ਨਬੀ ਰੋਇਆ ਏ, ਹੋਏ ਆਸਮਾਨ ਦੀਆਂ ਹੋਰਾਂ ਵੀ ਰੋਈਆਂ ਜੇ, ਅੱਜ ਜਨਾਬੇ ਵਾਲਾ ਫਰਿਸ਼ਤੇ ਵੀ ਰੋ ਰਹੇ ਨੇ, ਅੱਜ ਨਬੀਆਂ ਦਾ ਇਮਾਮ ਰੋ ਰਿਹਾ ਏ, ਅੱਜ ਨਬੀਆਂ ਦਾ ਸਰਦਾਰ ਰੋ ਰਿਹਾ ਏ। ਮੇਰੇ ਨਬੀ ਨੇ ਫਰਮਾਇਆ, ਸਾਹਾਬਾ ਜਿਹਨੇ ਮਾਂ ਪਿਓ ਨੂੰ ਸੀਨੇ ਲਾ ਲਿਆ, ਜਿਹਨੇ ਮਾਂ ਪਿਓ ਦੀ ਖਿਦਮਤ ਕਰ ਲਈ, ਅੱਲਾ ਉਹਦੀ ਜ਼ਿੰਦਗੀ ਵੀ ਬਣਾ ਦੇਵੇਗਾ, ਅੱਲਾ ਕਬਰ ਵੀ ਬਣਾ ਦੇਵੇ। ਲਓ ਜੀ ਮੁੱਕ ਗਈ ਜੀ ਗੱਲ, ਅੱਲਾ ਜ਼ਿੰਦਗੀ ਵੀ ਬਣਾ ਦੇਵੇਗਾ ਤੇ ਕਬਰ ਵੀ। ਓਏ ਕਿਸੇ ਨੂੰ ਪਤਾ ਕਬਰ 'ਚ ਕੀ ਹੋਣਾ? ਕੋਈ ਬੰਦਾ ਪੂਰੇ ਮਜਮੇ 'ਚ ਉੱਠ ਕੇ ਮੈਨੂੰ ਦੱਸੇ ਵੀ ਸੁਲਤਾਨੀ ਸਾਹਿਬ ਮੈਨੂੰ ਪਤਾ ਕਬਰ 'ਚ ਕੀ ਹੋਣਾ? ਮੈਨੂੰ ਨਹੀਂ ਪਤਾ ਮੇਰੇ ਨਾਲ ਕੀ ਹੋਣਾ, ਆ ਤੁਹਾਨੂੰ ਨਹੀਂ ਪਤਾ ਤੁਹਾਡੇ ਨਾਲ ਕੀ ਹੋਣਾ। ਪਰ ਤੁਹਾਨੂੰ ਇੱਕ ਗੱਲ ਦੱਸ ਜਾਵਾਂ, ਜੇ ਪਤਾ ਲਵਾਉਣਾ ਜੇ ਨਾ ਵੀ ਕਬਰ ਵਿੱਚ ਮੇਰਾ ਅਸ਼ਰ ਕੀ ਹੋਣਾ, ਤੇ ਫਿਰ ਅੱਜ ਕੱਲਿਆਂ ਬਹਿ ਕੇ 2 ਮਿੰਟ ਬੈਠਕ 'ਚ ਬਹਿ ਕੇ ਸੋਚੀ ਵੀ ਮੈਂ ਅੰਮਾ ਤੇ ਅੱਬੇ ਨਾਲ ਹਸ਼ਰ ਕੀ ਕੀਤਾ। ਉਹ ਜਿਹਨੂੰ ਸਮਝ ਆਈ ਉਹ ਬੋਲੇ ਨਾ, ਕਦੀ ਸੋਚਿਓ ਬਹਿ ਕੇ ਕਿ ਮੇਰਾ ਅੰਮਾ ਨਾਲ ਕੀ ਸਲੂਕ ਸੀ, ਮੇਰਾ ਬਾਪ ਨਾਲ ਕੀ ਸਲੂਕ ਸੀ। ਅਗਲੇ ਦਿਨ ਮੈਂ ਇੱਕ ਪੁੱਤਰ ਨੂੰ ਆਖਿਆ, ਬਾਬਾ ਜੀ
ਮੈਂ ਕਿਹਾ ਉਹ ਅੱਬੇ ਨੂੰ ਖਰਚਾ ਉਰਚਾ ਦਿੰਦੇ ਆ? ਆ ਜੁਮਲੇ ਸੁਣਿਓ, ਗੱਲ ਬੜੀ ਵੱਡੀ ਹੈ, ਇੱਕ ਮਿੰਟ ਰਹਿ ਗਿਆ ਜੀ। ਮੈਂ ਕਿਹਾ ਅੱਬੇ ਨੂੰ ਖਰਚਾ ਉਰਚਾ ਦਿੰਦੇ ਹੋ? ਆ ਸਾਰੇ ਬੰਦੇ ਬੈਠੇ ਹੋ ਯਾਰ, ਕੋਈ ਲੈ ਜਾਇਓ ਪੈਗਾਮ। ਮੈਨੂੰ ਕਹਿਣ ਲੱਗਾ, ਸੁਲਤਾਨੀ ਸਾਹਿਬ ਅੱਬਾ ਸਾਡੇ ਖਰਚੇ 'ਤੇ ਬੈਠਾ, ਆਓ ਮੈਂ ਤੁਹਾਡੇ ਇੱਥੇ ਪਿੰਡੀ ਬੋੜੀ ਵਿਖਾਉਣਾ, ਐਸੇ ਪੁੱਤਰ ਮੈਂ ਤੁਹਾਨੂੰ ਜ਼ਫਰਵਾਲ ਦੀ ਸਰ ਜ਼ਮੀਨ 'ਚ ਵਿਖਾਉਣਾ। ਜਦੋਂ ਪੁੱਤਰ ਕਮਾਉਣ ਲੱਗ ਪੈਣਾ, ਫਿਰ ਉਹ ਪੈਸੇ ਛੁਪਾਉਣ ਲੱਗ ਪੈਂਦੇ ਨੇ ਮਾਂ ਪਿਓ ਕੋਲ। ਅੱਬੇ ਨੇ ਆਖਿਆ ਅੱਬਾ ਪੈਸੇ, ਅੱਬੇ ਨੇ ਆਖਿਆ ਪੁੱਤਰ ਤਨਖਾਹ ਲੱਭੀ ਆ? ਨਹੀਂ ਅੱਬਾ, ਜਾਂ ਨਹੀਂ ਲੱਭੀ। ਅਤੇ ਤਨਖਾਹ ਲੈ ਕੇ ਬੁੱਢੀ ਨੂੰ ਫੜਾਈ ਛੂ, ਅਤੇ ਆਂਦਾ ਅੱਬਾ ਲੱਭੀ ਕੋਈ ਨਹੀਂ, ਅੰਮਾ ਲੱਭੀ ਕੋਈ ਨਹੀਂ। ਮੈਂ ਕਿਹਾ ਚੱਲਿਓ, ਜਿਸ ਬੰਦੇ ਨੇ ਮਾਂ ਪਿਓ ਕੋਲ ਪੈਸਾ ਛੁਪਾਇਆ, ਇਹ ਮੈਂ ਭਾਈ ਜ਼ਹੀਰ ਸਾਹਿਬ ਤੁਹਾਡੇ ਮਜਮੇ ਦੇ ਵਿੱਚ ਬਹਿ ਕੇ ਗੱਲ ਪੇ ਕਰਨਾ। ਤੁਸੀਂ ਦੋ ਵੀ ਭਾਈ ਮੌਜੂਦ ਹੋ, ਅੱਲਾਹ ਤੁਹਾਡੇ ਉਸ ਭਾਈ ਦੀ ਬਖਸ਼ਿਸ਼ ਫਰਮਾਏ, ਅੱਲਾਹ ਤੁਹਾਡੀ ਅੰਮੀ ਦੀ ਬਖਸ਼ਿਸ਼ ਫਰਮਾਏ। ਇਹ ਜਿਹੜਾ ਇੱਕ ਵੀ ਰੋ ਪਿਆ ਹੀ ਨਾ, ਇਹਦੇ ਅੱਥਰੂ ਦਾ ਮੁੱਲ ਪੈਣਾ, ਇਹਦੇ ਅੱਥਰੂ ਦਾ ਮੁੱਲ ਪੈਣਾ। ਰੱਬੇ ਕਾਬਾ ਦੀ ਕਸਮ, ਆਪਣੇ ਮਾਂ ਪਿਓ ਨਾਲ ਪਿਆਰ ਕਰੋ। ਕਈ ਵਾਰੀ ਪਤਾ ਕੀ ਹੁੰਦਾ, ਅਸੀਂ ਤਕਰੀਰ ਕਰੀਏ ਨਾ, ਮਾਂ ਪਿਓ ਨਾਲ ਪਿਆਰ ਕਰੋ, ਅਤੇ ਉਹ ਜਿਹਾ ਬੰਦਾ ਉੱਠ ਖਲੋਂਦਾ ਜਿਹਨੇ ਮਾਂ ਪਿਓ ਨੂੰ ਸਤਾਇਆ ਹੋਵੇ, ਉਹ ਸੱਚੀ ਗੱਲ ਤਾਂ ਨਹੀਂ ਨਾ ਹਜ਼ਮ ਹੁੰਦੀ, ਸੱਚੀ ਗੱਲ ਤਾਂ ਫਿਰ ਲੱਗਦੀ। ਉਹ ਜਿਹਾ ਬੰਦਾ ਉੱਠ, ਉਹ ਕਾਰੀ ਸਾਹਿਬ ਟਾਈਮ ਬੜਾ ਹੋ ਗਿਆ, ਮੁਕਾਓ ਗੱਲ, ਹੋਰ ਕੋ ਗੱਲ ਕਰੋ। ਮੈਂ ਕਿਹਾ ਮੁੱਕ ਗਿਆ ਟਾਈਮ, ਪਰ ਮੁੱਕ ਤੂੰ ਵੀ ਜਾਣਾ ਜੇ ਤੂੰ ਮਾਂ ਪਿਓ ਨੂੰ ਸਤਾਇਆ ਤਾਂ। ਤੇਰੀਆਂ ਦੁਕਾਨਾਂ ਵੀ ਉੱਜੜ ਜਾਣੀਆਂ ਨੇ, ਤੇਰੀਆਂ ਚੁਧਰਾਵਾਂ ਵੀ ਉੱਜੜ ਜਾਣੀਆਂ ਨੇ, ਜਿਹਨੇ ਮਾਂ ਪਿਓ ਨੂੰ ਸਤਾਇਆ, ਜਿਹਨੇ ਮਾਂ ਪਿਓ ਨੂੰ ਗਾਲੀ ਦਿੱਤੀ, ਬੀਵੀ ਨੂੰ ਆਪਣੀ ਜਗ੍ਹਾ 'ਤੇ ਰੱਖ। ਇਹ ਮੇਰੀਆਂ ਮਾਵਾਂ ਭੈਣਾਂ ਬੈਠੀਆਂ, ਮੈਂ ਅਲ ਐਲਾਨ ਗੱਲ ਪਿਆ ਕਰਨਾ, ਕੋਈ ਡਰਦਾ ਨਹੀਂ। ਬੀਵੀ ਨੂੰ ਕਹਿ ਤੇਰੀ ਆਪਣੀ ਜਗ੍ਹਾ, ਪਰ ਮੇਰੀ ਮਾਂ ਦੇ ਸਾਹਮਣੇ ਉੱਚੀ ਨਾ ਬੋਲੀ, ਮੇਰੇ ਬਾਪ ਦੇ ਸਾਹਮਣੇ ਉੱਚੀ ਨਾ ਬੋਲੀ। ਇਹ ਮੇਰੀ ਜੰਨਤ ਨੇ, ਇਹ ਤੇਰੀ ਵੀ ਜੰਨਤ ਨੇ। ਜਿਹੜੀਆਂ ਨੂੰਹਾਂ ਸੱਸ ਸਹੁਰੇ ਦੀ ਖਿਦਮਤ ਕਰਨਗੀਆਂ ਨਾ ਬਾਬਾ ਜੀ, ਉਹਨਾਂ ਦੀ ਪੁੱਤਰ ਉਹਨਾਂ ਦੀ ਸੇਵਾ ਕਰਨਗੇ, ਉਹਨਾਂ ਦੀ ਔਲਾਦ ਉਹਨਾਂ ਦੇ ਪੈਰ ਚੁੰਮੇਗੀ। ਅਤੇ ਲਓ ਬਾਬਾ ਜੀ, ਗੱਲ ਮੁੱਕ ਗਈ। ਆ ਲਲ ਐਲਾਨ, ਸੁਲਤਾਨੀ ਜੁਮਲੇ ਦੇ ਕੇ ਅੱਲਾਹ ਦਾ ਕੁਰਾਨ ਪੜ੍ਹ ਕੇ ਇਜਾਜ਼ਤ ਜਾਨ ਲਗਾਵੇ। ਅੱਲਾਹ ਦਾ ਕੁਰਾਨ ਫਰਮਾ ਰਿਹਾ, ਉਫੀ ਮਲਾ ਤਨ ਹਰ ਹੁਮਾ ਵਕੁਲ ਹੁਮਾ ਕੌਲੈ ਕਰੀ ਤੇ ਮੀਆਂ ਸਾਹਿਬਾਂ ਨੇ ਲੈ ਓ ਯਾਰ। ਲਓ ਜੀ ਮੁੱਕ ਗਈ ਹੈ ਮਹਿਫਲ। ਹੇ ਲੈ ਓ ਯਾਰ ਹਵਾ ਲੈ ਰੱਬ ਦੇ ਤੇ ਮੇਲੇ ਚਾਰ ਮੈਂ ਪਹਿਲੀ ਵਾਰੀ ਚਾਲੀਏ ਦੇ ਖਤਮ ਤੇ ਐਨੀ ਰੌਣਕ ਵੇਖੀਏ। ਹੇ ਤੇਰੀ ਮਾਂ ਦੇ ਨੇਕ ਹੋਣ ਦਾ ਸਬੂਤ, ਜਿਹਨੇ ਜਾਂਦੀ ਵਾਰੀ ਵੀ ਮੁਹੰਮਦ ਦਾ ਕਲਮਾ ਪੜ ਗਈ ਹੈ, ਆਏ ਹਾਏ ਜਿਹੜੀ ਜਾਂਦੀ ਵਾਰੀ ਵੀ ਨਬੀ ਦੀ ਸ਼ਹਾਦਤ ਦੇ ਗਈ ਹੈ। ਹੇ ਦੁਨੀਆਂ ਮਸੇ ਪਿੱਛੇ ਨਹੀਂ ਆਉਂਦੀ, ਹੇ ਦੁਨੀਆਂ ਰੋਟੀ ਪਿੱਛੇ ਨਹੀਂ ਆਉਂਦੀ, ਹੇ ਦੁਨੀਆਂ ਲੰਗਰ ਪਿੱਛੇ ਨਹੀਂ ਆਉਂਦੀ, ਹੇ ਦੁਨੀਆਂ ਬੰਦੇ ਪਿੱਛੇ ਆਉਂਦੀ ਹੈ, ਬੰਦੇ ਦੀ ਅਛਾਈ ਪਿੱਛੇ ਆਉਂਦੀ ਹੈ। ਹਲਲ ਐਲਾਨ ਤੇਰੇ ਮਜਮੇ ਨੂੰ ਕਹਿ ਰਿਹਾ, ਲੈ ਓ ਯਾਰ ਹਵਾ ਲੈ ਰੱਬ ਦੇ ਤੇ ਮੇਲੇ ਜੇ ਚਾਰ ਦਿਨਾਂ ਦੇ ਉਸ ਦਿਨ ਈਦ ਜ਼ਫਰਵਾਲ ਵਾਲਿਓ, ਉਸ ਦਿਨ ਈਦ ਮੁਬਾਰਕ ਹੋ ਸੀ ਤੇ ਜਿਸ ਦਿਨ ਫਿਰ ਮਿਲਾਂਗੇ।